ਦੇ ਨਾਲ ਸ਼ੁਰੂਆਤ ਹੈ ਪ੍ਰੋਗਰਾਮ ਰੌਣਕ ਮੇਲਾ ਪੰਜ ਦਰਿਆ ਰੇੜੀ ਉੱਤੇ ਆਪ ਸਭ ਦਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ ਜੀ। ਐਂ ਕਹਿੰਦੇ ਹਾਂ ਜਿੱਥੇ ਜਿੱਥੇ ਵੀ ਤੁਸੀਂ ਬੈਠ ਕੇ ਰੇਡੀਓ ਪੰਜ ਦਰਿਆ ਦੇ ਨਾਲ ਜੁੜਨ ਜਾ ਰਹੇ ਹੋ, ਸੋ ਕਲੂਟ ਕਰੋ ਕਰਮਜੀਤ ਮੀਨਿਆਂ ਵੱਲੋਂ ਪਿਆਰ ਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ। ਅੱਜ ਦਾ ਰੌਣਕ ਮੇਲਾ ਪ੍ਰੋਗਰਾਮ 7 ਤੋਂ ਲੈ ਕੇ 9 ਵਜੇ ਤੱਕ ਹਰ ਹਫ਼ਤੇ ਦੀ ਤਰ੍ਹਾਂ ਕਰਨਾ ਹੈ ਅਤੇ 5-7 ਮਿੰਟ ਵਾਸਤੇ ਪ੍ਰੋਗਰਾਮ ਲੇਟ ਵੀ ਸ਼ੁਰੂ ਹੋਇਆ ਗਾ, ਸੋ ਇਹੋ ਜਿਹੀ ਲੇਟ ਕੱਢਣ ਦੀ ਕੋਸ਼ਿਸ਼ ਕਰਾਂਗੇ। ਸੋ ਉਮੀਦ ਕਰਦਾ ਵੀ ਜਿੱਥੇ ਜਿੱਥੇ ਵੀ ਤੁਸੀਂ ਹੋਵੋਗੇ ਤੁਸੀਂ ਠੀਕ ਠਾਕ ਹੋਵੋਗੇ ਔਰ ਇੰਜੋਏ ਕਰ ਰਹੇ ਹੋਗੇ ਖੂਬ ਜ਼ਿੰਦਗੀ ਦਾ। ਔਰ ਢੇਰ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਅਲੱਗ ਅਲੱਗ ਵਿਸ਼ਿਆਂ 'ਤੇ। ਸੋ ਉਮੀਦ ਕਰਦਾ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੋਗੇ ਅਤੇ ਰੇਡੀਓ ਨੂੰ ਸੁਣਨ ਵਾਸਤੇ ਤੁਸੀਂ www.panjdarya.com ਦੇ ਜ਼ਰੀਏ ਰੇਡੀਓ 'ਤੇ ਲਿੰਕ 'ਤੇ ਤੁਸੀਂ ਪਹੁੰਚ ਸਕਦੇ ਹੋ ਅਤੇ ਫੇਸਬੁੱਕ ਲਾਈਵ ਜਿਹੜਾ ਪ੍ਰੋਗਰਾਮ ਹੈ ਉਹ ਜਾ ਰਿਹਾ, ਉਹਦੇ ਜ਼ਰੀਏ ਸ਼ਾਇਦ ਕਿਸੇ ਕਾਲਰ ਦੀ ਜਾਂ ਗੀਤ ਦੀ ਆਵਾਜ਼ ਜਿਹੜੀ ਹੈਗੀ ਆ ਉਹ ਮਾਧਿਅਮ ਹੋ ਸਕਦੀ ਹੈਗੀ ਆ। ਇਹ ਸਿਰਫ ਅਤੇ ਸਿਰਫ ਤੁਹਾਡੇ ਕਮੈਂਟ ਵਾਸਤੇ ਔਰ ਤੁਹਾਡੇ ਤੁਹਾਨੂੰ ਆਗਾਜ਼ ਕੀਤਾ ਜਾਵੇ, ਕਿਉਂਕਿ ਹਰ ਇੱਕ ਬੰਦਾ ਆਪਣੇ ਹੱਥ ਦੇ ਵਿੱਚ ਮੋਬਾਈਲ ਫੋਨ ਰੱਖਦਾ ਅਤੇ ਜਿਉਂ ਹੀ ਖੋਲ੍ਹ ਕੇ ਦੇਖਦਾ ਅਤੇ ਉਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਕਿਹੜਾ ਕਿਹੜੇ ਸੱਜਣ ਜਿਹੜਾ ਹੈਗਾ ਔਨ ਲਾਈਨ ਜਿਹੜਾ ਆਪਣੀ ਗੱਲਬਾਤ ਕਹਿ ਰਿਹਾ ਹੈਗਾ ਅਤੇ ਉਸਨੂੰ ਸੁਣਿਆ ਜਾ ਸਕਦਾ ਹੈਗਾ। ਪਰ ਤੁਸੀਂ ਰੇਡੀਓ ਨੂੰ ਪ੍ਰੋਪਰ ਤਰੀਕੇ ਦੇ ਨਾਲ ਸੁਣਨ ਵਾਸਤੇ ਪੰਜ ਦਰਿਆ ਦੇ .com ਪੇਜ 'ਤੇ ਤੁਸੀਂ ਜਾ ਕੇ ਵੈਬਸਾਈਟ 'ਤੇ ਜਾ ਕੇ ਜਿਹੜਾ ਉਹ ਰੇਡੀਓ ਨੂੰ ਸੁਣ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਕਮੈਂਟ ਕਰਨ ਵਾਸਤੇ ਫੇਸਬੁੱਕ ਆਪਣੀ ਖੋਲ੍ਹ ਕੇ ਰੱਖ ਸਕਦੇ ਹੋ। ਸੋ ਨਾਲ ਦੀ ਨਾਲ ਤੁਸੀਂ ਟੈਲੀਫੋਨ ਦੀਆਂ ਲਾਈਨਾਂ ਜਿਹੜੀਆਂ ਹੈਗੀਆਂ ਨੇ ਉਹ ਖੋਲ੍ਹ ਦਿੱਤੀਆਂ ਜਾਣਗੀਆਂ। ਇੱਕ ਗੀਤ ਮੈਂ ਹੋਰ ਤੁਹਾਡੀ ਨਜ਼ਰ ਕਰੂੰਗਾ ਅਤੇ ਇਸ ਤੋਂ ਬਾਅਦ ਫਿਰ ਜਿਹੜਾ ਹੈਗਾ ਆਪਾਂ ਮਨਦੀਪ ਕੁਰਮੀ ਸਾਹਿਬ ਹੋਣਾਂ ਨੂੰ ਵੀ ਲਾਈਨ 'ਤੇ ਲਵਾਂਗੇ। ਬਹੁਤ ਸਾਰੀਆਂ ਪੰਜਾਬ ਦੀਆਂ ਕੁਝ ਕੁ ਖਬਰਾਂ ਨੇ, ਕੁਝ ਕੁ ਗੱਲਾਂ ਬਾਤਾਂ ਨੇ ਉਹ ਉਹਨਾਂ ਦੇ ਨਾਲ ਸ਼ੇਅਰ ਕਰਾਂਗੇ ਅਤੇ ਫਿਰ ਇਸ ਤੋਂ ਬਾਅਦ ਰੈਗੂਲਰ ਪ੍ਰੋਗਰਾਮ ਕਰਾਂਗੇ। ਤੁਹਾਨੂੰ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਜਿਹੜਾ ਹੈਗਾ ਉਹ ਸੱਦਾ ਦਿੰਦੇ ਹਾਂ। ਥੋੜ੍ਹੀ ਦੇਰ ਤੱਕ ਜਿਹੜੀਆਂ ਉਹ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਉਮੀਦ ਕਰਦਾ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਹਰ ਹਫ਼ਤੇ ਦੀ ਤਰ੍ਹਾਂ ਜਿਹੜਾ ਹੈਗਾ ਉਹ ਸ਼ਾਮਿਲ ਜ਼ਰੂਰ ਹੋਵੋਗੇ। ਅਗਰ ਮੇਰੀ ਆਵਾਜ਼ ਘੱਟ ਵੱਧ ਜਿਹੜੀ ਹੈਗੀ ਆ ਆ ਰਹੀ ਹੈ ਤਾਂ ਫਿਰ ਉਹ ਵੀ ਤੁਸੀਂ ਦੱਸ ਸਕਦੇ ਹੋ ਅਤੇ ਪਰ ਬਹੁਤ ਜਲਦ ਜਿਹੜਾ ਹੈਗਾ ਉਹ ਅਸੀਂ ਮਨਦੀਪ ਖੁਰਮੀ ਸਾਹਿਬ ਉਹਨਾਂ ਨੂੰ ਲਾਈਨ 'ਤੇ ਨਾਲ ਲਵਾਂਗੇ ਅਤੇ ਉਹਦੇ ਜ਼ਰੀਏ ਜਿਹੜਾ ਹੈਗਾ ਉਹਨਾਂ ਤੋਂ ਆਪਾਂ ਪੰਜਾਬ ਦੀਆਂ ਖਬਰਾਂ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਾਂਗੇ। ਸੋ ਉਮੀਦ ਕਰਦਾ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਸ਼ਾਮਿਲ ਜ਼ਰੂਰ ਹੋਵੋਗੇ। ਮੇਰੇ ਖਿਆਲ ਦੇ ਵਿੱਚ ਮੇਰੀ ਆਵਾਜ਼ ਬਾਹਰ ਕੱਟ ਗਈ ਸੀ ਅਤੇ ਦੁਬਾਰਾ ਜਿਹੜੀ ਹੈਗੀ ਆ ਉਹ ਲਾਈਨ ਖੁੱਲ੍ਹ ਗਈ ਹੈਗੀ ਆ, ਸੋ ਮਾਫ਼ੀ ਚਾਹੁੰਦੇ ਹਾਂ। ਅਤੇ ਮੈਂ ਗੱਲ ਕਰ ਰਿਹਾ ਸੀ ਕਿ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਫੇਸਬੁੱਕ ਲਾਈਵ ਦੇ ਜ਼ਰੀਏ, ਤੁਹਾਡੇ ਮੈਸੇਜ ਪੈਗਾਮ ਜਿਹੜੇ ਹੈਗੇ ਆ ਸਕਦੇ ਹੈਗੇ ਆ ਔਰ www.panjdarya.com ਦੇ ਜ਼ਰੀਏ ਤੁਸੀਂ ਰੇਡੀਓ ਨੂੰ ਪ੍ਰੋਪਰ ਵੈਬਸਾਈਟ 'ਤੇ ਜਾ ਕੇ ਖੋਲ੍ਹੋਗੇ ਅਤੇ ਉੱਧਰ ਦੀ ਤੁਸੀਂ ਰੇਡੀਓ ਅਤੇ ਕਾਲਰ ਦੀ ਆਵਾਜ਼ ਵੀ ਤੁਹਾਡੇ ਤੱਕ ਪ੍ਰੋਪਰ ਆਊਗੀ। ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਸੀ ਕਿ ਵੀ ਭਾਈ ਕਾਲਰ ਦੀ ਆਵਾਜ਼ ਜਿਹੜੀ ਹੈਗੀ ਆ ਉਹ ਸਹੀ ਨਹੀਂ ਸੀ ਆ ਰਹੀ ਹੈਗੀ, ਕਿਉਂਕਿ ਉਹ ਫੇਸਬੁੱਕ ਲਾਈਵ ਦੇ ਜ਼ਰੀਏ ਸੁਣ ਰਹੇ ਸੀ। ਫੇਸਬੁੱਕ ਲਾਈਵ ਦੇ ਜ਼ਰੀਏ ਸੁਣੋ ਅਤੇ ਪਰ ਸ਼ਾਇਦ ਆਵਾਜ਼ ਜਿਹੜੀ ਹੈਗੀ ਆ ਮਾੜੀ ਮੋਟੀ ਮਾਧਿਅਮ ਆ ਸਕਦੀ ਹੈਗੀ। ਇਸ ਗੱਲ ਦੀ ਅਸੀਂ ਪਹਿਲਾਂ ਹੀ ਤੁਹਾਨੂੰ ਆਗਾਜ਼ ਕਰ ਦਈਏ ਅਤੇ ਮਨਦੀਪ ਖੁਰਮੀ ਸਾਹਿਬ ਉਹਨਾਂ ਨੂੰ ਅਸੀਂ ਲਾਈਨ 'ਤੇ ਲਵਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਜਿਹੜੇ ਰੇਡੀਓ ਪੰਜ ਦਰਿਆ ਦਾ ਸਹਿਯੋਗ ਕਰ ਰਹੇ ਨੇ, ਸਪੋਂਸਰ ਕਰ ਰਹੇ ਨੇ, ਉਹਨਾਂ ਦਾ ਆਪਾਂ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸਾਡੇ ਗੁਰੂ ਨਾਨਕ ਗੁਰਦੁਆਰਾ ਸਿੱਖ ਟੈਂਪਲ ਗਲਾਸਗੋ ਦਾ ਮਸ਼ਹੂਰ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਟੈਗੋ ਸਟ੍ਰੀਟ ਦੀ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਢੇਰ ਸਾਰਾ ਮਾਣ ਦਿੱਤਾ ਗਿਆ ਹੈਗਾ, ਸੋ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ। ਹਰਜੀਤ ਸਿੰਘ ਜੀ ਖਹਿਰਾ ਸਾਹਿਬ, ਬਾਬਾ ਬੁੱਢਾ ਦਲ, ਪਰਮਜੀਤ ਸਿੰਘ ਜੀ ਸਮਰਾ ਸਾਹਿਬ ਸਪਾਈਸ ਆਫ ਲਾਈਫ ਕਸ਼ਨਕਰੀ ਵਾਲੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ, ਔਰ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਵੱਲੋਂ ਬਹੁਤ ਸਾਰਾ ਪਿਆਰ ਹੈ, ਉਹਨਾਂ ਵੱਲੋਂ ਵੀ ਸਪੋਂਸਰ ਕੀਤਾ ਗਿਆ ਹੈਗਾ, ਬਹੁਤ ਬਹੁਤ ਸ਼ੁਕਰੀਆ। ਮਹਿਕ ਪੰਜਾਬ ਦੀ ਗਿੱਧਾ ਗਰੁੱਪ ਉਹਨਾਂ ਵੱਲੋਂ ਪ੍ਰੋਗਰਾਮ ਜਿਹੜਾ ਹੈਗਾ ਸਪੋਂਸਰ ਹੈਗਾ। ਇਸ ਤੋਂ ਬਾਅਦ ਹਰਦਿਆਲ ਸਿੰਘ ਜੀ ਬਾਰੀ ਸਾਡੇ ਸਤਿਕਾਰਯੋਗ ਅੰਕਲ ਜੀ ਉਹਨਾਂ ਵੱਲੋਂ ਪ੍ਰੋਗਰਾਮ ਸਪੋਂਸਰ ਹੈਗਾ। ਇਸ ਤੋਂ ਬਾਅਦ ਸੁਰਿੰਦਰ ਸਿੰਘ ਜੀ ਮੇਨ ਔਰ ਬਲਵੀਰ ਕੌਰ ਜੀ ਮੇਨ, ਉਹਨਾਂ ਦੀ ਪੋਤਰੀ ਦਾਨਵੀਰ ਸਿੰਘ ਦਾ ਜਨਮ ਦਿਨ ਸੀਗਾ ਅਤੇ ਉਹਨਾਂ ਨੇ ਵੀ ਜਿਹੜਾ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈਗਾ। ਸੋ ਸਾਰੇ ਹੀ ਸਹਿਯੋਗੀਆਂ ਦਾ ਅਸੀਂ ਪੰਜ ਦਰਿਆ ਦੀ ਪੂਰੀ ਫੁੱਲ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਹਾਂ। ਸੋ ਅਸੀਂ ਤਹਿ ਦਿਲੋਂ ਸ਼ੁਕਰੀਆ ਉਹਨਾਂ ਦੀ ਬਦੌਲਤ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਡੇ ਤੱਕ ਜਿੰਨੇ ਵੀ ਪ੍ਰੋਗਰਾਮ ਨੇ ਉਹ ਸਾਰੇ ਦੇ ਸਾਰੇ ਪਹੁੰਚਦੇ ਨੇ, ਜਾਂ ਕੋਈ ਵੈਬਸਾਈਟ ਦੇ ਜ਼ਰੀਏ ਕੋਈ ਖਬਰ ਲੱਗਦੀ ਹੈ, ਵੈਬ ਟੀਵੀ 'ਤੇ ਕੋਈ ਖਬਰ ਜਾਂਦੀ ਹੈਗੀ, ਅਤੇ ਉਹ ਸਾਰੇ ਦਾ ਸਾਰਾ ਸਹਿਯੋਗੀਆਂ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਟੀਮ ਜਿਹੜੀ ਹੈਗੀ ਆ ਉਹ ਟੀਮ ਨੂੰ ਮਾਲੀ ਮਦਦ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ। ਸੋ ਐਨੀਵੇ ਪੰਜਾਬ ਦੇ ਵਿੱਚ ਬਹੁਤ ਕੁਛ ਹੋਇਆ ਹੈਗਾ, ਸੋ ਕੁਝ ਕੁ ਘਟਨਾ ਵੀ ਹੋਈਆਂ ਨੇ ਅਤੇ ਉਹਦੇ ਬਾਰੇ ਆਪਾਂ ਮਨਦੀਪ ਖੁਰਮੀ ਦੇ ਨਾਲ ਗੱਲਬਾਤ ਕਰਾਂਗੇ। ਕੱਲ੍ਹ ਇੱਕ ਪੰਜਾਬੀ ਸੋਰੀ ਮੈਂ ਮਾਫ਼ੀ ਚਾਹੂੰਗਾ, ਕਬੱਡੀ ਦਾ ਖਿਡਾਰੀ ਬਹੁਤ ਮਸ਼ਹੂਰ ਖਿਡਾਰੀ ਸੀਗਾ, ਸੋ
ਉਹਦਾ ਉਹਨੂੰ ਕਤਲ ਕਰ ਦਿੱਤਾ ਗਿਆ ਹੈਗਾ। ਟੂਰਨਾਮੈਂਟ ਚੱਲ ਰਿਹਾ ਸੀਗਾ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਮਨਦੀਪ ਖੁਰਮੀ ਸਾਹਿਬ ਹੋਣਾ ਦੇ ਨਾਲ। ਤੇ ਖੁਰਮੀ ਸਾਹਿਬ ਆ ਜਾਓ ਫਿਰ, ਸੋਟੀ ਵਾਲੇ ਹੱਥ ਹੀ ਕਹਿੰਦੇ ਸੀ ਮੈਸੇਜ ਕਰ ਦਿਓ। ਮੈਂ ਕਹਿੰਦਾ ਵੀ ਆਪਾਂ ਹੀ ਨਾਲੇ ਕੀ ਕਹਿੰਦੇ ਆ ਆਪੇ ਕੁੰਡਾ ਖੜਕਾ ਦੇਣ ਉਧਰੋਂ, ਫਿਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਫਿਰ ਲਾਈਨਾਂ ਜਿਹੜੀਆਂ ਹੈਗੀਆਂ ਖੋਲ ਦਿੱਤੀਆਂ ਜਾਣਗੀਆਂ ਤੇ ਬਹੁਤ ਸਾਰੇ ਸ਼ਾਇਰ ਵੀ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਤੇ ਨਾਲ ਦੀ ਨਾਲ ਬਾਕੀ ਹੋਰ ਵੀ ਜਿੰਨੇ ਵੀ ਸੱਜਣ ਜਿਹੜੇ ਹੈਗੇ ਆ ਉਹ ਕੋਈ ਗੱਲਬਾਤ ਕਰਨਾ ਚਾਹੁੰਦੇ ਆ ਤੇ ਉਹ ਵੀ ਆਪਾਂ ਜਿਹੜਾ ਤੁਸੀਂ ਕਰ ਸਕਦੇ ਹੋ, ਤੁਹਾਡੇ ਵਾਸਤੇ ਲਾਈਨਾਂ ਜਿਹੜੀਆਂ ਹੈਗੀਆਂ ਨੇ ਉਹ ਖੋਲ ਦਿੱਤੀਆਂ ਜਾਣਗੀਆਂ। ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਰੇਡੀਓ ਨੂੰ ਜਿਹੜਾ ਹੈਗਾ ਉਹ ਪੂਰੇ 9 ਵਜੇ ਤੱਕ ਸੁਣਦੇ ਰਹਿਣਾ ਹੈਗਾ, ਠੀਕ ਹੈ? ਤੇ ਮੇਰੇ ਖਿਆਲ ਦੇ ਵਿੱਚ ਮਨਦੀਪ ਖਰਮੀ ਸਾਹਿਬ ਹੁਣੀ ਜੁੜ ਗਏ ਆ ਤੇ ਉਹਨਾਂ ਦੇ ਨਾਲ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ। ਮਨਦੀਪ ਖਰਮੀ ਸਾਹਿਬ, ਹਾਂਜੀ, ਸਤਿ ਸ੍ਰੀ ਅਕਾਲ ਜਿੰਨੇ ਵੀ ਸਾਡੇ ਸੁਨਣ ਸਰੋਤੇ ਜੀ ਇੱਕ ਮਿੰਟ ਅੱਜ ਦਾ ਰੇਡੀਓ। ਜੀ, ਮਨਦੀਪ ਤੁਹਾਡੀ ਸਤਿ ਸ੍ਰੀ ਅਕਾਲ ਨਾ ਅੱਧੀ ਪਹੁੰਚੀ ਹੈ, ਪਹਿਲਾਂ ਦੁਬਾਰਾ ਲਓ ਕਿਉਂਕਿ ਮੈਂ ਤੁਹਾਡਾ ਮਾਈਕ ਖੋਲਣਾ ਬੰਦ ਕਰਕੇ ਭੁੱਲ ਗਿਆ ਸੀਗਾ ਹਾਂਜੀ ਹਾਂਜੀ ਜੀ। ਪਹਿਲਾਂ ਤਾਂ ਮੇਰੇ ਵੱਲੋਂ ਜਿੰਨੇ ਵੀ ਸਾਡੇ ਸੁਨਣ ਸਰੋਤੇ ਅੱਜ ਦਾ ਰੇਡੀਓ ਦੇ ਨਾਲ ਜੁੜੇ ਆ, ਜੀ ਕਿਉਂਕਿ ਉਹਨਾਂ ਵੱਲੋਂ ਆਪਣੇ ਜ਼ਿੰਦਗੀ ਦੇ ਜਿਹੜੇ ਪਲ ਆ ਉਹ ਸਾਡੇ ਝੋਲੀ ਪਾਏ ਜਾ ਰਹੇ ਆ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਅਦਾਬ ਜੀ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਕੁਰਮੀ ਸਾਹਿਬ, ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਢਿਆ। ਤੇ ਜੀ, ਕੀ ਪੰਜਾਬ ਦੀਆਂ ਖਬਰਾਂ ਨੇ, ਕੱਲ ਕਬੱਡੀ ਖਿਡਾਰੀ ਜਿਹੜਾ ਹੈਗਾ ਉਹ ਇਸ ਉਹਨੂੰ ਕਤਲ ਕਰ ਦਿੱਤਾ ਗਿਆ ਹੈਗਾ ਤੇ ਸੰਦੀਪ ਨੰਗਲ ਅੰਬੀਆਂ ਮੁੰਡਾ, ਹਾਂ ਹਾਂਜੀ ਹਾਂਜੀ, ਬੜੇ ਮਸ਼ਹੂਰ ਖਿਡਾਰੀ ਸੀਗੇ। ਹਾਂਜੀ ਮੈਨੂੰ ਮੌਕਾ ਮਿਲਿਆ ਕਾਫੀ, ਕਿਉਂਕਿ ਸਾਊਥ ਹਾਲ ਰਹਿੰਦਿਆਂ ਲਗਭਗ ਮੈਂ 3 ਸਾਲ ਜਿਹੜੇ ਕਬੱਡੀ ਦੇ ਟੂਰਨਾਮੈਂਟ ਤੋਂ ਕਵਰ ਕੀਤੇ, ਜੀ ਤੇ ਉਦੋਂ ਜਿਵੇਂ ਇੱਕ ਸੁਖਮਨ ਚੋਹਾ ਸਾਹਿਬ ਉਹ ਮੁੰਡਾ ਉਹਦੀ ਮੌਤ ਹੋ ਗਈ ਸੀ ਨਾ ਸਮੇਂ ਦੇ ਵਿੱਚ, ਜੀ ਉਹਦੇ ਸਮੇਤ ਜਿੰਨੇ ਵੀ ਸੰਦੀਪ ਵਰਗੇ ਸੀਗੇ ਮੁੰਡੇ, ਇੱਕ ਹੋਰ ਸੀ ਪੂਰੇ ਪੂਰਾ, ਉਹ ਸਾਰਿਆਂ ਨੂੰ ਮਿਲਣ ਦਾ ਬਹੁਤ ਨੇੜਿਓਂ ਮੌਕਾ ਮਿਲਿਆ। ਜੀ ਮੈਂ ਮਹਿਸੂਸ ਕਰਦਾ ਕਿ ਇਹ ਉਹ ਮੁੰਡੇ ਸੀ ਜਿਹੜੇ ਜਮਾਂ ਗਰਾਊਂਡ ਲੈਵਲ ਤੋਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਆਏ ਦੇ ਜੀ ਆਪਦੀ ਮਿਹਨਤ ਦੇ ਸਿਰ ਤੇ, ਜੀ ਤੇ ਸੰਦੀਪ ਬਹੁਤ ਬੀਬਾ ਮੁੰਡਾ ਸੀ ਤੇ ਜਿੱਥੋਂ ਤੱਕ ਮਿਹਨਤ ਦਾ ਸਵਾਲ ਆ ਰੱਜ ਵੀ ਮਿਹਨਤ ਕੀਤੀ, ਮਿਹਨਤ ਦੇ ਸਿਰ ਤੇ ਹੀ ਉਹ ਬੰਦੇ ਨੇ ਆਪਦਾ ਨਾਂ ਪੈਦਾ ਕੀਤਾ। ਜੀ ਬਿਲਕੁਲ, ਮੈਂ ਕਹਿੰਦਾ ਕਿ ਕੋਈ ਪੰਜਾਬੀ ਇਹੋ ਜਿਹਾ ਹੋਣਾ ਨੀ ਜਿਹਨੂੰ ਕਬੱਡੀ ਦੇ ਨਾਲ ਪਿਆਰ ਆ, ਜਾਂ ਜਿਹਨੂੰ ਨਹੀਂ ਵੀ ਪਿਆਰ ਉਹ ਵੀ ਸੰਦੀਪ ਨੰਗਲਾਮੀਆਂ ਦੇ ਨਾਂ ਤੋਂ ਵਾਕਫ ਸੀ। ਬਿਲਕੁਲ ਜੀ, ਤੇ ਜਿਹੜੀ ਸੰਦੀਪ ਦੀ ਮੌਤ ਦੇ ਨਾਲ ਇੱਕ ਵੱਡਾ ਘਾਟਾ ਪਿਆ ਕਬੱਡੀ ਖੇਡ ਜਗਤ ਨੂੰ, ਜੀ ਅਸੀਂ ਉਹਦੇ ਰੋਸ ਵਜੋਂ ਜਿਹੜਾ ਕੱਲ ਦਾ ਇੱਕ ਪ੍ਰੋਗਰਾਮ ਸੀਗਾ ਆਪਣਾ ਆਇਰਲੈਂਡ ਤੋਂ ਪ੍ਰਦੇਸ਼ ਰੇਡੀਓ ਦੇ ਨਾਲ ਸਾਂਝੇ ਤੌਰ ਤੇ ਹੋਣਾ ਸੀ, ਜੀ ਉਹ ਫਿਰ ਗਰੇਵਾਲ ਸਾਹਿਬ ਨਾਲ ਉੱਤੇ ਗੱਲ ਕਰਕੇ ਕੱਲ ਇਸ ਕਰਕੇ ਨਹੀਂ ਕੀਤਾ, ਹਾਂਜੀ ਤੇ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ। ਬਿਲਕੁਲ ਜੀ ਬਿਲਕੁਲ, ਜਿਹੜੀ ਅੱਗੇ ਖਬਰ ਇਹ ਆਈ ਹੈ ਇਸ ਮਾਮਲੇ ਦੇ ਵਿੱਚ ਜੀ, ਕਿ ਪਹਿਲਾਂ ਤਾਂ ਇੱਕ ਫੇਸਬੁੱਕ ਆਈਡੀ ਤੋਂ ਜਿਹਦਾ ਨਾਂ ਸੀ ਲਾਰੈਂਸ ਬਿਸ਼ਨੋਈ ਗਰੁੱਪ, ਉੱਥੋਂ ਲਿਖਿਆ ਗਿਆ ਸੀ ਕਿ ਅਸੀਂ ਇਹਦੀ ਮੌਤ ਦੀ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ, ਜੀ ਪਰ ਨਾਲ ਹੀ ਇੱਕ ਜੱਗੂ ਭਗਵਾਨਪੁਰੀਆ ਨਾਂ ਦੀ ਫੇਸਬੁੱਕ ਆਈਡੀ ਤੋਂ ਇਸ ਪੋਸਟ ਨੂੰ ਫੇਕ ਦੱਸਦੇ ਹਾਂ, ਹਾਂਜੀ ਕਿ ਕਿਹਾ ਗਿਆ ਕਿ ਜਿਹੜਾ ਸੰਦੀਪ ਨੰਗਲਾਂਬੀਆਂ ਸਾਡਾ ਭਰਾ ਸੀ ਹਨਾ, ਫਿਲਹਾਲ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਵਿੱਚੋਂ ਵੱਡੇ ਭਰਾ ਅੰਗਰੇਜ਼ ਸਿੰਘ ਨਾਂ ਦੇ ਵਿਅਕਤੀ ਨੇ, ਸਾਰੇ ਕਬੱਡੀ ਖਿਡਾਰੀ ਵੀ ਉਹਦੇ ਵਿੱਚ ਖੜੇ ਆ ਉਸ ਵੀਡੀਓ ਦੇ ਵਿੱਚ, ਜੀ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਸਾਨੂੰ ਪ੍ਰਸ਼ਾਸਨ ਵੱਲੋਂ ਇਨਸਾਫ਼ ਨਹੀਂ ਮਿਲਦਾ ਹਾਂਜੀ ਅਸੀਂ ਉਹਨਾਂ ਚਿਰ ਨਾਂ ਦਾ ਪੋਸਟਮਾਰਟਮ ਕਰਨ ਦੇਣਾ ਤੇ ਨਾ ਹੀ ਸਰਕਾਰ ਕਰਨ ਦੇਣਾ, ਤੇ ਉਹਨਾਂ ਨੇ ਕੱਲ ਨੂੰ ਯਾਨੀ ਕਿ 16 ਮਾਰਚ ਨੂੰ ਸਵੇਰੇ 9 ਵਜੇ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਘੱਟ ਕਰਨ ਦੇ ਲਈ ਲੋਕਾਂ ਨੂੰ ਸੂਚਨਾ ਦਿੱਤੀ। ਜੀ ਜੇ ਆਪਾਂ ਇਸ ਯਾਨੀ ਕਿ ਕਤਲ ਦੀ ਗੱਲ ਕਰੀਏ, ਕਿਉਂਕਿ ਮਾਰ ਮਰਾਈ ਕਿਸੇ ਦਾ ਹੱਕ ਕਿਸੇ ਵੀ ਮਤਲਬ ਦਾ ਨਾਲ ਲੈ ਕੇ ਬਿਲਕੁਲ ਬਿਲਕੁਲ ਪਈ ਬਿਲਕੁਲ ਬਿਲਕੁਲ, ਦਿਲੋਂ ਦਿਲੋਂ ਹਮਦਰਦੀ ਹੈ ਕਿਉਂਕਿ ਇਸ ਉਮਰੇ ਜਾਣਾ ਔਰ ਪਿੱਛੇ ਛੋਟੇ ਛੋਟੇ ਬੱਚੇ ਨੇ। ਜੀ ਮੈਂ ਬਿਲਕੁਲ ਕਰਨਜੀਤ, ਮੈਂ ਨਾ ਜਿਵੇਂ ਵੀ ਆਪਾਂ ਦੇਖਦੇ ਹਾਂ ਨਾਰਮਲੀ ਸੋਸ਼ਲ ਮੀਡੀਆ ਦੇ ਉੱਤੇ, ਜੀ ਤੇ ਉਹ ਵੈਸੇ ਹੀ ਟਿਕਟੌਕ ਦੇ ਅਕਾਊਂਟ ਦੇ ਉੱਤੇ ਜਦੋਂ ਸੰਦੀਪ ਕਾਫੀ ਐਕਟਿਵ ਸੀ ਉੱਤੇ, ਜੀ ਤੇ ਉਹ ਦੋ ਜੋੜੇ ਬੱਚੇ ਆ ਛੋਟੇ ਛੋਟੇ, ਉਹਨਾਂ ਨਾਲ ਅਠਕੇਲੀਆਂ ਕਰਦੇ ਆ, ਉਹ ਤਸਵੀਰਾਂ ਉਵੇਂ ਹੀ ਅੱਖਾਂ ਅੱਗੇ ਘੁੰਮੀ ਜਾਂਦੀਆਂ। ਜੀ ਬਿਲਕੁਲ ਆਪਾਂ ਮੰਨ ਲੈਂਦੇ ਹਾਂ ਸੰਦੀਪ ਦੀ ਕਿਸੇ ਨਾਲ ਲਾਗਦਾਟ ਹੋ ਸਕਦੀ ਹੈ ਮੰਨ ਲਓ, ਬਿਲਕੁਲ, ਪਰ ਐਡਾ ਵੀ ਨਹੀਂ ਹੁੰਦਾ ਕਿ ਉਸ ਬੰਦੇ ਨੂੰ ਉਹਦੀ ਉਹ ਤੋਂ ਜਿਉਣ ਦਾ ਹੱਕ ਹੀ ਖੋ ਰਿਹਾ, ਬਿਲਕੁਲ ਪਰ ਬਿਲਕੁਲ ਪਿੱਛੇ ਤੇ ਬੱਚੇ ਰੁਲ ਗਏ ਉਹ ਸਾਰੀ ਜ਼ਿੰਦਗੀ, ਉਹਨੂੰ ਪਤਾ ਹੀ ਕੋਈ ਨਹੀਂ, ਬਿਲਕੁਲ ਬਿਲਕੁਲ, ਤੇ ਹੁਣ ਮੈਂ ਕਹਿੰਦਾ ਕਿ ਇੱਥੇ ਜਿਹੜੀਆਂ ਕਬੱਡੀ ਕਲੱਬਾਂ ਜਿਹੜੇ ਸਾਡੇ ਵਿਦੇਸ਼ਾਂ ਦੇ ਵਾਸਤੇ ਵੀਰ ਆ ਜਿਹੜੇ ਪੌਂਡਾਂ ਡਾਲਰਾਂ ਦੀ ਵਰਖਾ ਕਰਦੇ ਆ, ਜੀ ਉਹਨਾਂ ਲਈ ਬਹੁਤ ਵੱਡਾ ਸਬਕ, ਉਹਨਾਂ ਨੂੰ ਸੋਚਣਾ ਪਊਗਾ ਇਹਨਾਂ ਮਸਲਿਆਂ ਤੇ। ਜੀ ਬਿਲਕੁਲ ਬਿਲਕੁਲ, ਜਿਹੜੀ ਕਬੱਡੀ ਸੀ ਉਹ ਕਬੱਡੀ ਖੇਡ ਮੈਦਾਨਾਂ ਚੋਂ, ਜੀ ਠੀਕ ਹੈ, ਖੁਰਾਕਾਂ ਤੋਂ, ਘਿਓ ਮੱਖਣੀਆਂ ਤੋਂ, ਉਹ ਪਿਸਤੌਲਾਂ ਰਫਲਾਂ ਵੱਲੋਂ ਕਿਉਂ ਚਲੀ, ਜੀ ਇਹ ਸੋਚਣਾ ਪਊਗਾ ਸਾਨੂੰ, ਬਿਲਕੁਲ ਜੀ, ਕਿਉਂਕਿ ਉਹਨਾਂ ਦਾ ਜਿਹੜਾ ਜ਼ੋਰ ਆ ਨਾ, ਹਾਂਜੀ ਉਹ ਜ਼ੋਰ ਕਬੱਡੀ ਮੈਦਾਨਾਂ ਦੇ ਵਿੱਚ ਲੱਗਣ ਦੀ ਬਜਾਏ
ਬਿਲਕੁਲ ਉਹ ਇਹਨਾਂ ਪਾਸੇ ਨੂੰ ਕਿਉਂ ਖੂਨ ਡੁੱਲਣਾ ਸ਼ੁਰੂ ਹੋਇਆ? ਇਹਦੇ ਪਿੱਛੇ ਵੀ ਕੋਈ ਨਾ ਕੋਈ ਵੱਡੇ ਕਾਰਨ ਹੋ ਸਕਦੇ ਆ, ਉਹਨਾਂ ਕਾਰਨਾਂ ਨੂੰ ਜਿਹੜੀਆਂ ਵੱਡੀਆਂ ਵੱਡੀਆਂ ਖੇਡ ਕਲੱਬਾਂ ਉਹਨਾਂ ਨੂੰ ਸੋਚਣਾ ਪਊਗਾ। ਜੀ ਬਿਲਕੁਲ 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 ਬਿਲਕੁਲ, ਕਿਉਂਕਿ ਦੇਖੋ ਸ਼ੁਰੂਆਤ ਦੇ ਵਿੱਚ ਆਪਾਂ ਦੇਖਦੇ ਰਹੇ ਨਿੱਕੇ ਹੁੰਦੇ ਖੇਡ ਦੇ, ਕੋਈ ਐਡਾ ਵੱਡਾ ਨੀਸੀ ਹੁੰਦਾ, ਕੋਈ ਸਿਰਫ ਇਨਾਮ ਰੱਖ ਦਿੱਤੇ ਚਲੋ 10-20 ਹਜ਼ਾਰ ਦਾ, ਜਾਣੀ ਕਿ ਚਲੋ ਜਿਹੜੇ ਮਿਹਨਤ ਦਾ ਉਹਨਾਂ ਦਾ ਮੁੱਲ ਆ ਜਾਂਦਾ ਸੀ, ਘਿਓ ਮਿਲ ਗਿਆ, ਕੁਛ ਹੋਰ ਹੋ ਗਿਆ, ਇੱਦਾਂ ਨਹੀਂ ਜੀ, ਸਿਰਫ ਸ਼ੌਂਕ ਦਾ ਤੁਰ ਕੇ ਕਰਕੇ ਜਿਹੜਾ ਹੈਗਾ ਖੇਡਿਆ ਜਾਂਦਾ ਸੀ, ਤੇ ਅੱਜ ਕੱਲ੍ਹ ਦੇਖੋ ਕਿੰਨਾ ਉਹਦੇ ਤੇ ਹੋ ਗਿਆ, ਟਰੈਕਟਰ ਦਿੱਤੇ ਜਾ ਰਹੇ ਆ ਜੀ, ਮੋਟਰਸਾਈਕਲ ਦਿੱਤੇ ਜਾ ਰਹੇ ਆ ਜੀ, ਇਹ ਸ਼ੋਸ਼ੇਬਾਜ਼ੀ ਥੋੜੀ ਜ਼ਿਆਦਾ ਹੋ ਗਈ ਕਬੱਡੀ ਦੇ ਵਿੱਚ। ਜੀ ਇਹ ਤਾਂ ਨਹੀਂ ਸੀ ਕਿ ਆਪਾਂ ਕੋਈ ਵੱਡੇ ਨਾਮੀ ਖਿਡਾਰੀ ਬਣ ਸਕੇ, ਪਰ ਇੰਨਾ ਜ਼ਰੂਰ ਆ ਵੀ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਕੱਪੜੇ ਲਾਉਣ ਦਾ ਮਾਣ ਮਿਲਿਆ, ਇੰਨਾ ਤਾਂ ਕੀਤਾ। ਜੀ ਪਰ ਉਦੋਂ ਇਹ ਹੁੰਦਾ ਸੀ ਕਿ ਜੇ ਕਿਸੇ ਨੇ ਲਾਸਟ ਐਕਸ ਦੀ ਗੋਲੀ ਵੀ ਖਾ ਲਈ ਨਾ, ਉਹਦੇ ਨਹੀਂ ਸਾਰੇ ਇਹ ਦੇਖ ਲੈਂਦੇ ਸੀ ਇਹਨੇ ਗੋਲੀ ਖਾ ਕੇ ਭਾਰ ਘਟਾਇਆ, ਬਿਲਕੁਲ ਕਿਉਂ ਬਿਲਕੁਲ ਗੋਲੀ ਗੋਲੀ ਦਾ ਕੀ ਹੁੰਦਾ ਸੀ ਕਿ ਉਹ ਤੁਹਾਨੂੰ ਪਿਸ਼ਾਬ ਜ਼ਿਆਦਾ ਲਿਆਉਂਦੀ ਸੀ, ਠੀਕ ਬਿਲਕੁਲ ਆ, ਤੇ ਜਾਂ ਉਦੋਂ ਕੀ ਹੁੰਦਾ ਸੀ ਖੇਡਾਂ ਲੱਗੀ ਮਾੜੀ ਮੋਟੀ ਬੇਈਮਾਨੀ ਹੁੰਦੀ ਹੁੰਦੀ ਸੀ, ਤੇ ਜਦੋਂ ਕਿਸੇ ਨੇ ਮੋਹਰ ਲੱਗੀ ਹੋਣੀ ਗਿੱਲੀ ਗਿੱਲੀ ਮੋਹਰ ਦੇ ਉੱਤੇ ਕੱਟ ਕੇ ਆਲੂ ਲਾ ਲੈਣਾ ਤੇ ਦੂਜੇ ਨੇ ਮੋਹਰ ਲਾ ਲੈਣੀ ਵੱਧ ਭਾਰ ਵਾਲੇ ਨੇ, ਜੀ ਹੈਨਾ, ਜੀ ਛੋਟੀਆਂ ਛੋਟੀਆਂ ਨਦਾਨੀਆਂ ਕਹਿ ਸਕਦੇ ਆ ਜਾਂ ਉਹ ਮਸੂਮੀਅਤ ਸੀ ਉਦੋਂ, ਜੀ ਬਿਲਕੁਲ ਬਿਲਕੁਲ ਉਹ ਮਸੂਮੀਅਤ ਕਦੋਂ ਟੀਕਿਆਂ ਵੱਲ ਚਲੀ ਗਈ ਤੇ ਕਦੋਂ ਉਹ ਸਟੀਰੋਇਡ ਵੱਲ ਚਲੀ ਗਈ ਪਤਾ ਨਹੀਂ ਲੱਗਿਆ, ਬਿਲਕੁਲ ਤੇ ਬਿਲਕੁਲ ਉਸੇ ਦਾ ਜਿਹੜਾ ਜ਼ੋਰ ਸੀ ਉਹ ਜ਼ੋਰ ਸੀ ਨਕਲੀ ਜ਼ੋਰ, ਉਹ ਜ਼ੋਰ ਨੇ ਪਤਾ ਨਹੀਂ ਸਾਥੋਂ ਕਿੰਨੀ ਕਬੱਡੀ ਖਿਡਾਰੀ ਖੋਹ ਲਏ, ਬਿਲਕੁਲ ਬਿਲਕੁਲ ਤੇ ਦੇਖੋ। ਉੱਤੋਂ ਜਿਹੜੇ ਅਸੀਂ ਵਿਦੇਸ਼ਾਂ ਦੇ ਵਿੱਚ ਵੱਸਦੇ ਸੱਜਣ ਮਿੱਤਰ ਸਾਡੇ ਜਿਹੜੇ ਖੇਡ ਪ੍ਰਮੋਟਰ ਆ, ਜੀ ਉਹ ਉਹਨਾਂ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਹੱਲਾਸ਼ੇਰੀਆਂ ਜਾਂ ਫੇਕ ਕਹਿ ਸਕਦੇ ਆ ਕਿ ਫੇਕ ਵੇਲਾਂ ਕਰਾਉਣੀਆਂ ਜਿਹੜੀਆਂ, ਬਿਲਕੁਲ 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 ਉਹ ਵੇਲਾਂ ਵੀ ਇੱਕ ਜਿਹੜੇ ਨਸ਼ਾਖੋਰੀ ਦੇ ਰੁਝਾਨ ਨੂੰ ਵੱਧ ਪੈਦਾ ਕਰਨ ਦੇ ਵਿੱਚ ਸਹਾਈ ਹੋਈਆਂ। ਜੀ ਮੈਂ ਤੁਹਾਨੂੰ ਇੱਕ ਤਲਖ ਹਕੀਕਤ ਦੱਸਦਾ, ਮੈਂ ਇੱਕ ਦਿਨ ਮੈਚ ਦੇਖਦਾ ਸੀ, ਕਿਉਂਕਿ ਜਿੰਨੇ ਕਬੱਡੀ ਵੈਬਸਾਈਟਾਂ ਚੱਲਦੀਆਂ ਜਿੰਨੇ ਮੋਹਰੀ ਆ ਉਹ ਆਪਣੇ ਵਧੀਆ ਮਿੱਤਰ ਵੀ ਆ ਮੁੰਡੇ ਹੈ ਨਾ, ਜੀ ਤੇ ਮੈਂ ਮੈਚ ਦੇਖ ਰਿਹਾ ਸੀ, ਉਸ ਮੈਚ ਦੇ ਵਿੱਚ ਇੱਕ ਵਿਦੇਸ਼ੀ ਪ੍ਰਮੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਵਿਦੇਸ਼ੀ ਪ੍ਰਮੋਟਰ ਸੱਜਣ ਦਾ ਨਾਮ ਬਾਹਰ ਬੋਲਿਆ ਬਾਰ ਬਾਰ ਬੋਲਿਆ ਜਾਂਦਾ ਸੀ ਜੀ, ਕਿ ਫਲਾਨਾ ਸਿੰਘ ਜੀ ਸਾਡਾ ਧੱਕੜ ਜੀ ਸਾਡਾ ਝੋਟਾ ਜੀ ਸਾਡਾ ਫਲਾਨਾ ਜੀ ਜਿਹੜਾ ਪ੍ਰਮੋਟਰ ਆ ਉਹ ਵੀ ਅਸੀਂ ਬੈਠੇ ਦੇਖ ਰਹੇ ਜੀ ਉੱਥੋਂ, ਉਹਨਾਂ ਨੇ ਉਹ ਕਮੈਂਟੇਟਰ ਬੋਲਿਆ ਕਹਿੰਦਾ ਜੀ ਚੁਬਾਰੇ ਜਿੱਡੀ ਸਕਰੀਨ ਲਾ ਕੇ ਦੇਖੀ ਜਾ ਰਹੇ ਆ ਕਹਿੰਦਾ, ਠੀਕ ਆ, ਤੇ ਮੇਰੇ ਕੋਲ ਉਹ ਸੱਜਣ ਦਾ ਨੰਬਰ ਸੀ, ਮੈਂ ਉਹਨੂੰ ਫੋਨ ਲਾਇਆ, ਮੈਂ ਕਿਹਾ ਜੀ ਕੀ ਹਾਲ ਆ ਠੀਕ ਹੋ ਕਿਵੇਂ ਹੋ, ਕਹਿੰਦਾ ਬਾਈ ਜੀ ਬਾ ਦਿਹਾੜੀ ਕਰਨ ਆਏ ਹੋਏ ਆ, ਅੱਛਾ ਕਹਿੰਦਾ ਮਤਲਬ ਕਿ ਉਹ ਆਪਦਾ ਕੰਮ ਕਰ ਰਿਹਾ ਸੀ ਠੀਕ ਹੈ ਤੇ ਕਮੈਂਟੇਟਰ ਉੱਥੇ ਪੰਪ ਮਾਰ ਰਿਹਾ ਬੈਠਾ, ਉਹ ਬੰਦੇ ਨੂੰ ਪਤਾ ਹੀ ਕੋਈ ਨਹੀਂ ਜੀ ਬਾਅਦ ਚ ਕੀ ਹੁੰਦਾ ਕਿ ਉਹਦੇ ਕੋਲੇ ਮਿੰਟ ਡੇਢ ਮਿੰਟ ਦੀ ਉਹ ਕਲਿੱਪਿੰਗ ਕੱਟ ਕੇ ਭੇਜ ਦਿੰਦੇ ਆ, ਜੀ ਫਿਰ ਇਧਰੋਂ ਜਿਹੜੇ ਸਾਡੇ ਸੱਜਣ ਮਿੱਤਰ ਆ ਜਿਹੜੇ ਜਿਹੜੇ ਪ੍ਰਮੋਟਰ ਇਸ ਤਰ੍ਹਾਂ ਜਾਲੀ ਮੇਲਾਂ ਵਾਲੇ ਆ ਜਾਂ ਜਾਲੀ ਚੁਬਾਰਿਆਂ ਜਿਹੜੀਆਂ ਐਲਡੀਆਂ ਲਾ ਕੇ ਦੇਖਣ ਵਾਲੇ ਜਿਹੜੇ ਹਵਾ ਚ ਹੀ ਬੈਠੇ ਆ, ਜੀ ਫਿਰ ਉਹ ਉਹਦੇ ਬਦਲੇ ਉਹਨਾਂ ਕਮੈਂਟੇਟਰਾਂ ਨੂੰ ਮੇਲਾਂ ਭੇਜਦੇ ਆ, ਬਿਲਕੁਲ ਬਿਲਕੁਲ ਤੇ ਅਗਲੀ ਵਾਰ ਨੂੰ ਜਿਹਦੇ ਕੋਲ 5 10 ਚੱਲਿਆ ਗਿਆ ਅਗਲੀ ਵਾਰ ਨੂੰ ਉਦੋਂ ਵੱਡੇ ਪੰਪ ਮਾਰੂ ਤੇ ਫਿਰ ਉਹ ਵੱਡੇ ਪੰਪਾਂ ਦੇ ਜ਼ਰੀਏ ਵੱਡਾ ਗੱਫਾ ਮਿਲੂ, ਬਿਲਕੁਲ ਬਿਲਕੁਲ ਬਿਲਕੁਲ। ਇਹ ਚੱਲ ਰਿਹਾ ਮਨਦੀਪ ਸੌਰੀ ਮੈਂ ਮਾਫੀ ਚਾਹੁੰਦਾ, ਤੁਹਾਡੇ ਗੱਲ ਵਿੱਚ ਆ ਨਾ, ਪਹਿਲਾਂ ਸਵਾਦ ਵੀ ਆਉਂਦਾ ਸੀ ਟੂਰਨਾਮੈਂਟ ਤੇ, ਤੁਸੀਂ ਜਾਓ ਕਮੈਂਟਰੀ ਕਰਨ ਵਾਲੇ ਜਿਹੜੇ ਹੈਗੇ ਉਹ ਚਲੋ ਸਟੇਜ ਤੇ ਮੇਰੇ ਵਰਗਾ ਮਾਤਰ ਬੰਦਾ ਕੋਈ ਹੌਲੀ ਹੌਲੀ ਬੋਲ ਰਿਹਾ ਹੁੰਦਾ ਸੀ, ਅੱਜ ਕੱਲ ਇੰਨਾ ਲਾਊਡ ਉੱਥੇ ਚੱਲ ਰਿਹਾ ਹੁੰਦਾ ਕਿਸੇ ਦੀ ਕੰਨ ਪਾਈ ਨਹੀਂ ਸੁਣ ਰਹੀ ਹੁੰਦੀ, ਜਦੋਂ ਕੱਲ ਗੋਲੀ ਵੀ ਚੱਲੀ ਆ ਉੱਥੇ ਕੋਈ ਪਤਾ ਨਹੀਂ ਸੀ ਲੱਗ ਰਿਹਾ, ਕਿਉਂਕਿ ਜਿਹੜਾ ਬੋਲ ਰਿਹਾ ਸੀ ਉਹ ਬੜਾ ਉੱਚੀ ਉੱਚੀ ਬੋਲ ਰਿਹਾ ਸੀਗਾ ਤੇ ਉਹ ਗੋਲੀ ਚੱਲਣ ਦਾ ਨਹੀਂ ਸੀ ਇੰਨਾ ਪਤਾ ਖੜਕੇ ਦਾ ਹੋ ਰਿਹਾ ਸੀਗਾ। ਹਾਂ ਬਿਲਕੁਲ 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 ਠੀਕ ਹੈ, ਤੁਸੀਂ ਹੁਣ ਇਹ ਸੋਚੋ ਕਿ ਜਦੋਂ ਪਿੰਡਾਂ ਦੇ ਵਿੱਚ ਖਾੜੇ ਲੱਗਦੇ ਸੀ ਗੱਲ ਉਹੀ ਪੁਰਾਣੀ ਕਬੱਡੀ ਦੀ ਤੇ ਪੁਰਾਣੀ ਗਾਇਕੀ ਦੀ ਜੀ ਆਪਾਂ ਰਿਲੇਟ ਕਰਕੇ ਦੇਖੀਏ, ਜੀ ਤੇ ਜਦੋਂ ਸਾਡੇ ਪਿੰਡਾਂ ਦੇ ਵਿੱਚ ਪੁਰਾਣੇ 76 ਛੱਪੇ ਵਰਗੇ ਜਾਂ ਸੁਨੀਲ ਮਾਨ ਕਰਕੇ ਮਮਸਦੀ ਕਰਕੇ ਹੁੰਦੇ ਸੀ, ਉਹਨਾਂ ਨਾਲ ਕੌਣ ਹੁੰਦਾ ਸੀ, ਇੱਕ ਕੋਲੇ ਤੁੰਬੀ ਹੁੰਦੀ ਸੀ, ਇੱਕ ਢੋਲਕ ਵਾਲਾ ਹੁੰਦਾ ਸੀ, ਇੱਕ ਘੜੇ ਵਾਲਾ ਹੁੰਦਾ ਸੀ, ਇੱਕ ਬਾਜੇ ਵਾਲਾ ਹੁੰਦਾ ਸੀ, ਜੀ ਠੀਕ ਹੈ, ਆਵਾਜ਼ ਸੁਣਦੇ ਹੁੰਦੇ ਸੀ ਗਾਇਕ ਦੀ ਤੇ ਗਾਇਕਾ ਦੀ, ਬਿਲਕੁਲ ਬਿਲਕੁਲ ਤੇ ਹੁਣ ਉਹੀ ਗੱਲ ਕਬੱਡੀ ਵਾਂਗੂ ਹੋ ਗਈ ਕਿ ਹੁਣ ਜਿਹੜੇ ਗਾਉਣ ਵਾਲੇ ਆ ਗਾਉਣ ਵਾਲਿਆਂ ਨੂੰ ਵਿਚਾਰਿਆਂ ਨੂੰ ਗਾਉਣਾ ਨਹੀਂ ਆਉਂਦਾ, ਫਿਰ ਉਹ ਕੀ ਕਰਦੇ ਆ ਕਿ ਸਾਜੀ ਉਹਨਾਂ ਨੂੰ ਲੁਕੋ ਲੈਂਦੇ ਆ, ਜੀ ਬਿਲਕੁਲ। ਜਦੋਂ ਮੈਂ ਇੱਕ ਇੰਟਰਵਿਊ ਸੁਣੀ ਸੀ ਮੁਹੰਮਦ ਸਦੀਕ ਦੀ, ਉਹਨਾਂ ਨੇ ਉਹਨਾਂ ਨੂੰ ਪੁੱਛਿਆ ਗਿਆ ਵੀ ਗਾਇਕੀ ਦੇ ਵਿੱਚ ਜਿਹੜਾ ਆਪਣੇ ਨਿਘਾਰ ਕਦੋਂ ਆਇਆ ਜਾਂ ਰੌਲਾ ਰੱਪਾ ਕਦੋਂ ਜ਼ਿਆਦਾ ਆਇਆ, ਠੀਕ ਨਹੀਂ, ਤੇ ਉਹਨਾਂ ਦਾ ਇੱਕੋ ਹੀ ਸਵਾਲ ਸੀ, ਕਹਿੰਦਾ ਵੀ ਜਦੋਂ ਇੱਕ ਸਾਜ਼ ਐਸਾ ਸਟੇਜ ਤੇ ਚੜ ਗਿਆ ਨਾ ਤੇ ਉਹ ਸੀਗਾ ਢੋਲ, ਕਹਿੰਦਾ ਜਦੋਂ ਢੋਲ ਗਾਉਣ ਵਾਲਾ ਨਾਲ ਵੱਜਣਾ ਸ਼ੁਰੂ ਹੋ ਗਿਆ ਨਾ ਉਦੋਂ ਤੋਂ ਬਾਅਦ ਕਹਿੰਦਾ ਵੀ ਗਾਉਣਾ ਜਿਹੜਾ ਹੈਗਾ ਬਿਲਕੁਲ ਖਤਮ ਰਹੇਗਾ, ਉਦੋਂ ਰੌਲਾ ਰੱਪਾ ਜ਼ਿਆਦਾ ਰਹੇਗਾ। ਇਹ ਬਿਲਕੁਲ ਗੱਲ ਸਹੀ ਹੈ, ਮੈਂ ਉਸ ਗੱਲ ਦੇ ਨਾਲ ਐਗਰੀ ਹਾਂ ਕਿ ਢੋਲ ਜਿਹੜਾ ਹੈਗਾ ਉਹਦੇ ਨਾਲ ਫਿਰ ਤੁਹਾਨੂੰ ਕੀ ਕਹਿੰਦੇ ਆ ਰੌਲਾ ਰੱਪਾ ਜ਼ਿਆਦਾ ਪੈਂਦਾ ਤੇ ਕਲਾਕਾਰ ਦੀ ਆਵਾਜ਼ ਬਿਲਕੁਲ ਘੱਟ ਸੁਣਦੀ ਹੈਗੀ ਆ। ਤੇ ਜੀ ਜੀ ਬਿਲਕੁਲ ਸੱਚਾਈ ਦਾ
ਲਗਭਗ ਇੱਕ ਆਰਟੀਕਲ ਲਿਖਿਆ ਸੀ ਹਾਂਜੀ ਕਿ ਮਲ ਤੇ ਬਲ ਹੁਣ ਪਏ ਨਹੀਂ ਵੱਧਦੇ, ਜੀ ਸਗੋਂ ਟੀਕਿਆਂ ਨਾਲ ਵੱਧਦੇ ਨੇ, ਆਰਟੀਕਲ ਦਾ ਨਾਂ ਸੀ ਇਹ। ਜੀ ਤੇ ਹੁਣ ਤੁਸੀਂ ਇਹ ਦੇਖੋ ਵੀ ਜਿਹਨੂੰ ਗੱਲ ਕੌੜੀ ਲੱਗੂ ਫਿਰ ਉਹ ਛੜਾ ਤਾਂ ਮਾਰੂ ਮਾਰੂ, ਬਿਲਕੁਲ ਬਿਲਕੁਲ ਠੀਕ ਆ, ਬਿਲਕੁਲ ਤੇ ਉਦੋਂ ਕਬੱਡੀ ਵਾਲਿਆਂ ਦੀਆਂ ਵੀ ਧਮਕੀਆਂ ਆਈਆਂ, ਠੀਕ ਆ, ਫਿਰ ਜੋ ਟ੍ਰੈਕਟਰ ਟੋਚਣਾ ਦਾ ਕੰਮ ਚੱਲਿਆ ਉਦੋਂ ਬੰਦੇ ਟੋਚਣਾ ਦੇ ਐਕਸੀਡੈਂਟ ਹੋਣ ਲੱਗੇ ਉਦੋਂ ਆਰਟੀਕਲ ਲਿਖਿਆ, ਠੀਕ ਆ, ਧਮਕੀਆਂ ਉਦੋਂ ਵੀ ਆਈਆਂ। ਜੀ ਫਿਰ ਗੱਲ ਦੇ ਅਸਲ ਦੇ ਵਿੱਚ ਗੱਲ ਕੀ, ਜਿਵੇਂ ਮੈਂ ਪਿਛਲੀ ਵਾਰ ਕਿਹਾ ਸੀਗਾ ਹਾਂਜੀ ਕਿ ਜਦੋਂ ਤੁਸੀਂ ਸਮਾਜ ਦੀ ਨਬਜ਼ ਚਾਹੁੰਦੇ ਹੋ ਇੱਕ ਪੱਤਰਕਾਰ ਵਜੋਂ ਕੁਝ ਲਿਖਦੇ ਹੋ ਤੇ ਇਹ ਜੀਆਂ ਗੱਲਾਂ ਮਾਮੂਲੀ ਲੱਗਣ ਲੱਗ ਜਾਂਦੀਆਂ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਜੇ ਸਿਆਸਤ ਦੀ ਗੱਲ ਕਰੀਏ, ਇਹ ਵੀ ਮੈਂ ਪਿਛਲੀ ਵਾਰ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਰਕਾਰ ਕੋਈ ਆ ਜੇ ਜੀ ਪੱਤਰਕਾਰ ਦਾ ਫਰਜ਼ ਹੈ ਕਿ ਉਹ ਵਿਰੋਧੀ ਧਿਰ ਦੀ ਭੂਮਿਕਾ ਨਿਭਾਵੇ, ਜੀ ਬਿਲਕੁਲ, ਤੇ ਜਦੋਂ ਪੱਤਰਕਾਰ ਹੀ ਚੋਚਲਿਆਂ ਮੋਚਲਿਆਂ ਚ ਪੈ ਗਿਆ ਜਾਂ ਇਹ ਮਿੱਠੇ ਪੋਚਾਂ ਚ ਪੈ ਗਿਆ ਤਾਂ ਮਤਲਬ ਉਹ ਆਪਦੀ ਆਪਦੇ ਕੰਮ ਨਾਲ ਇਨਸਾਫ਼ ਨਹੀਂ ਕਰ ਰਿਹਾ, ਧਿਰ ਕਮਾ ਰਿਹਾ। ਜੀ ਬਿਲਕੁਲ ਬਿਲਕੁਲ। ਤੇ ਆਪਾਂ ਕਬੱਡੀ ਖਿਡਾਰੀ ਤੋਂ ਦੀ ਮੌਤ ਦਾ ਸਾਨੂੰ ਬਹੁਤ ਦੁੱਖ ਹੈਗਾ। ਅਸੀਂ ਚਾਹੁੰਦੇ ਕਿ ਆਉਣ ਵਾਲੇ ਜਿਹੜੀ ਸਰਕਾਰ ਨਵੀਂ ਬਣੀ ਹੈਗੀ ਆ ਉਹ ਇਸ ਗੱਲ ਤੇ ਨੱਥ ਵੀ ਪਾਵੇਗੀ, ਪਰ ਕੁਝ ਇਹ ਵੀ ਹੈਗਾ ਕਿ ਕੋਈ ਪੁਰਾਣੀਆਂ ਜਿਹੜੇ ਵੱਡੇ ਬੈਠੇ ਸੀ, ਕੀ ਕਹਿੰਦੇ ਆ, ਧਨਾੜ ਬੰਦੇ ਬੈਠੇ ਹੋਏ ਸੀ, ਤੇ ਉਹਨਾਂ ਨੇ ਹੁਣ ਨਵੀਂ ਸਰਕਾਰ ਨੂੰ ਇਦਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਉਲਝਾ ਕੇ ਵੀ ਰੱਖਣਾ ਹੈਗਾ। ਤੇ ਪਰ ਮਨਦੀਪ, ਮੈਂ ਇੱਕ ਗੱਲ ਕਰਨਾ ਚਾਹੂੰਗਾ ਆਪਾਂ, ਕਿਉਂਕਿ ਫਿਰ ਇਸ ਤੋਂ ਬਾਅਦ ਕਾਲਰਾਂ ਵਾਸਤੇ ਲਾਈਨਾਂ ਖੋਲਣੀਆਂ ਨੇ, ਤੇ ਬਹੁਤ ਸਾਰੇ ਸੱਜਣ ਸਾਡੇ ਫੇਸਬੁੱਕ ਦੇ ਜ਼ਰੀਏ ਉਹਨਾਂ ਦੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਹੈਗੇ ਆ। ਤੇ ਆਪਾਂ ਆਮ ਆਦਮੀ ਪਾਰਟੀ ਨੇ ਕੱਲ ਨੂੰ ਸਹੁੰ ਚੁੱਕਣੀ ਹੈਗੀ, ਮੇਰੇ ਕੱਲ ਨੂੰ 16 ਤਰੀਕ ਹੈਗੀ ਆ, ਤੇ ਸਹੁੰ ਚੁੱਕ ਸਮਾਗਮ ਹੋ ਰਿਹਾ ਹੈਗਾ, ਪਰ ਉਸ ਤੋਂ ਪਹਿਲਾਂ ਵੀ 21 ਮਹੀਨੇ ਖਿਆਲ ਦੇ ਮੁਤਾਬਕ ਲੇਡੀਜ਼ ਜਿਹੜੇ ਹੈਗੇ ਆ ਉਹ ਜ਼ਿਆਦਾ MLA ਬਣੇ ਹੈਗੇ ਆ, ਤੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਜੀ ਤੇ ਜਾਨੀ ਕਿ ਛੋਟੀ ਗਿਣਤੀ ਨੇ ਇਹ, ਠੀਕ ਆ, ਪਰ 50-50 ਵਾਲੀ ਜਿਹੜੀ 50% ਵਾਲੀ ਜਿਹੜੀ ਦਿੱਲੀ ਆ ਉਹ ਜੇ ਬਹੁਤ ਦੂਰ ਆ, ਕਿਉਂਕਿ ਸਮਾਜ ਉਹੀ ਦਾ ਕੁਲਟਾ ਹੈ। ਜੀ ਬਿਲਕੁਲ। ਤੇ ਪਰ ਇਹ ਵੱਡੀ ਗੱਲ ਆ ਕਿ ਇਹਨਾਂ 13 ਦੇ ਵਿੱਚੋਂ ਜਾਨੀ ਕਿ 3 ਬੀਬੀਆਂ ਜਿਹੜੀਆਂ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਜਿੱਤ ਕੇ ਗਈਆਂ ਸੀ, ਜੀ, ਠੀਕ ਆ, ਪਰ ਇਸ ਵਾਰ 9 ਨਵੀਆਂ ਨੇ। ਅੱਛਾ ਜੀ। ਠੀਕ ਆ, ਜਿਨ੍ਹਾਂ ਦੇ ਵਿੱਚੋਂ ਇੱਕ ਵੱਖਰੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਰੀਬ ਜੀਤੀ ਆ ਜਿਹੜੀ ਵਿਕਰਮ ਸਿੰਘ ਮੁਖੀ ਜੀਤੀ ਦੀ ਪਤਨੀ ਆ, ਹਾਂਜੀ, ਪਰ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਸਾਊਥ ਤੋਂ ਰਜਿੰਦਰਪਾਲ ਕੌਰ ਇੱਕ, ਹਾਂਜੀ, ਤੇ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ, ਜੀ, ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਜਿਹਨੇ ਮਜੀਠੀਆ ਤੇ ਨਵਜੋਤ ਸਿੱਧੂ ਦਾ ਟਾਪੂ ਲਾਇਆ, ਜੀ, ਹਾਂਜੀ, ਥਰਡ ਤੋਂ ਅਨਮੋਲ ਗਗਨਮਾਨ, ਜੀ, ਰਾਜਪੁਰੇ ਤੋਂ ਨੀਨਾ ਮਿੱਤਲ, ਜੀ, ਤੇ ਉਵੇਂ ਮੋਗੇ ਤੋਂ ਅਮਨਜੋਤ ਅਰੋੜਾ, ਜੀ, ਤੇ ਮਲੋਰ ਤੋਂ ਬਲਜੀਤ ਕੌਰ, ਜੀ, ਤੇ ਨਕੋਦਰ ਤੋਂ ਇੰਦਰਜੀਤ ਕੌਰ ਤੇ ਬਲਾਚੌਰ ਤੋਂ ਸੰਤੋਸ਼ ਕਟਾਰੀਆ। ਜੀ, ਇਹ ਛੋਟੀ ਗਿਣਤੀ ਨਹੀਂ, ਜੀ, ਕਿਉਂਕਿ ਆਪਾਂ ਅਕਸਰ ਹੀ ਪਹਿਲਾਂ ਵੀ ਦੇਖਦੇ ਆਂ ਵੀ ਬੀਬੀਆਂ ਵਿਚਾਰੀਆਂ 2-3 ਹੁੰਦੀਆਂ ਸੀ, ਉਹ ਪਾਸੇ ਹੋ ਕੇ ਬੈਠੀਆਂ ਹੁੰਦੀਆਂ ਸੀ, ਬਿਲਕੁਲ, ਪਰ ਐਤਕੀ ਤੁਸੀਂ ਇਹ ਨੋਟ ਕਰੋਗੇ ਕਿ ਨਵੇਂ ਚਿਹਰੇ ਕਿੰਨੇ ਪਹੁੰਚੇ ਹੋਣਗੇ। ਜੀ ਬਿਲਕੁਲ, ਠੀਕ ਹੈ, ਤੇ ਇਹਦੇ ਨਾਲ ਕਰਮ ਜੀ ਦੀ ਮੈਂ ਤੁਹਾਡੇ ਨਾਲ ਇੱਕ ਸਾਡੇ ਜਿਹੜੇ ਸਰੋਤੇ ਆ, ਮੈਂ ਉਹਨਾਂ ਦਾ ਸਵਾਦ ਨਾ ਖਰਾਬ ਕਰਾਂ, ਪਰ ਮੈਂ ਇੱਕ ਜਾਣਕਾਰੀ ਜ਼ਰੂਰ ਦੇਣੀ ਚਾਹੁੰਦਾ। ਜੀ, ਆਉਣ ਦੇ ਆਉਣ ਦੇ ਆਉਣ ਦੇ, ਕਿਉਂਕਿ ਸਾਡਾ ਫਰਜ਼ ਆ ਕਿ ਇੱਕ ਜਾਣਕਾਰੀ ਪਹੁੰਚੇ ਉਹ ਪਹੁੰਚਣੀ ਜ਼ਰੂਰ ਚਾਹੀਦੀ। ਬਿਲਕੁਲ, ਮੈਂ ਉਹ ਸਵਾਲ ਕਰਨਾ ਹੀ ਸੀ ਤੁਹਾਡੇ ਨਾਲ ਆਪਣੇ ਜਾਣਕਾਰੀ ਬਾਰੇ। ਹਾਂਜੀ, ਜਾਣਕਾਰੀ ਇਹ ਸਾਂਝੀ ਕਰੂੰਗਾ, ਹਾਂਜੀ, ਕਿ ਜਿਹੜੀ 117 ਜਿਹੜੇ ਵਿਧਾਇਕ ਜਾ ਰਹੇ ਆ ਚੁਣ ਕੇ, ਹਾਂਜੀ, ਉਹਨਾਂ ਦੇ ਵਿੱਚੋਂ ਕੀ ਕੀ ਜਿਹੜੀ ਉਸ ਖੇਤੋਂ ਦੇ ਵਿੱਚੋਂ ਕੀ ਨਿਕਲਣ ਲੱਗ ਗਈ ਉਹ ਸੁਣਿਓ। ਜੀ, ਕਹਿੰਦੇ ਵੀ 117 ਵਿਧਾਇਕਾਂ ਦੇ ਵਿੱਚੋਂ ਜਿਹੜੇ 58 ਵਿਧਾਇਕ ਜਾਨੀ ਕਿ 50% ਉਹਨਾਂ ਤੇ ਅਪਰਾਧਿਕ ਮਾਮਲੇ ਦਰਜ ਆ, ਠੀਕ ਹੈ ਜੀ, ਤੇ 87 ਵਿਧਾਇਕ ਆ ਜਿਹੜੇ 117 ਦੇ ਵਿੱਚੋਂ ਕਰੋੜਪਤੀ ਆ। ਜਿਹੜੀ ਹੈਗੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫੋਰਮ ਤੇ ਪੰਜਾਬ ਇਲੈਕਸ਼ਨ ਵਾਚ, ਜੀ, ਇਹਦੇ ਵੱਲੋਂ ਜਿਹੜਾ ਪੰਜਾਬ ਵਿਧਾਨ ਸਭਾ ਦੇ ਜਿਹੜੇ ਮੈਂਬਰਾਂ ਦੀ ਅਪਰਾਧਿਕ ਵਿੱਤੀ ਵਿਦਿਅਕ ਤੇ ਹੋਰ ਪਿਛੋਕੜ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ। ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਚ ਨਾ ਇੱਕ ਰਿਪੋਰਟ ਜਾਰੀ ਕੀਤੀ ਹੈ ਜਸਕੀਰ ਸਿੰਘ ਵੱਲੋਂ, ਜੀ, ਤੇ ਆਪਣੇ ਦੋਸਤ ਪਰਵਿੰਦਰ ਸਿੰਘ ਕਿੱਤਣਾ ਤੇ ਹਰਪ੍ਰੀਤ ਸਿੰਘ ਵੱਲੋਂ, ਜੀ, ਜਿਹਦੇ ਵਿੱਚ ਵਿਧਾਇਕਾਂ ਦੇ ਪਿਛੋਕੜ ਬਾਰੇ ਇਹ ਜਾਣਕਾਰੀ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਆ। ਹਾਂਜੀ, ਚੋਣ ਕਮਿਸ਼ਨ ਨੂੰ ਜਿਹੜੀ ਉਹਨਾਂ ਨੇ ਨਾਮਜ਼ਦਗੀ ਪੇਪਰ ਭਰਨ ਵੇਲੇ ਦਿੱਤੀ ਸੀ ਉਹਦੇ ਯਾਨੀ ਕਿ ਬੇਸ ਤੇ ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਹੈ। ਜੀ, ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ 2022 ਦੇ ਵਿੱਚ ਨਵੇਂ ਚੋਣੇ 117 ਵਿਧਾਇਕ, ਹਾਂਜੀ, ਉਹਦੇ ਵਿੱਚੋਂ 58 ਤੇ ਅਪਰਾਧਿਕ ਮਾਮਲੇ ਦਰਜ ਆ, ਠੀਕ ਹੈ ਜੀ, ਪਿਛਲੀ ਵਿਧਾਨ ਸਭਾ ਵੇਲੇ 2017 ਚ ਇਹ ਗਿਣਤੀ ਸਿਰਫ ਤੇ ਸਿਰਫ 16 ਸੀ। ਜੀ, ਇਹਦਾ ਮਤਲਬ 42 ਜਾਣੇ ਹੋਰ ਵੱਧ ਇਸ ਵਾਰ ਅਪਰਾਧਿਕ ਪਿਛੋਕੜ ਵਾਲੇ ਆਏ, ਠੀਕ ਹੈ ਜੀ, ਕਹਿੰਦੇ ਇਸ ਵਾਰੀ ਜਿਹੜੇ ਗੰਭੀਰ ਅਪਰਾਧਿਕ ਮਾਮਲੇ ਸੀ ਉਹਨਾਂ ਦੇ ਜਿਹੜੇ ਸ਼ਾਮਲ ਵਿਧਾਇਕ ਆ ਉਹਨਾਂ ਦੀ ਗਿਣਤੀ 27 ਆ, ਜਿਹੜੀ ਕਿ ਪਿਛਲੀ ਵਾਰ 11 ਸੀ, ਠੀਕ ਹੈ ਜੀ। ਹੁਣ ਅਪਰਾਧਿਕ ਮਾਮਲਿਆਂ ਚੋਂ ਇੱਕ ਵਿਧਾਇਕ
ਦੋ ਖਿਲਾਫ ਕਤਲ ਦੀ ਕੋਸ਼ਿਸ਼ ਦਾ जी ਤੇ ਤਿੰਨ ਦੇ ਖਿਲਾਫ ਔਰਤਾਂ ਖਿਲਾਫ ਜਿਹੜਾ ਜੁਰਮ ਆ ਉਹ ਮਾਮਲੇ ਦਰਜ ਆ। जी ਜੇ ਹੁਣ ਆਪਾਂ ਪਾਰਟੀਆਂ ਦਾ ਨਿਚੋੜ ਕੱਢੀਏ, ਉਮੀਦ ਸਾਨੂੰ ਆ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰੂ ਤੇ ਉਹਨਾਂ ਨੇ ਬਹੁਤ ਵਧੀਆ ਬੰਦੇ ਲਿਆਂਦੇ ਹੋਣਗੇ। जी ਹੁਣ ਹੈਰਾਨੀ ਵਾਲੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ 92 ਜਿੱਤਿਆਂ ਦੇ ਵਿੱਚੋਂ जी 52 ਜਾਣੇ ਅਪਰਾਧਿਕ ਮਾਮਲੇ ਦਰਜ ਆ ਉਹਨਾਂ ਖਿਲਾਫ, अच्छा जी। ਤੇ ਕਾਂਗਰਸ ਦੇ 18 ਚੋਂ 3 ਤੇ ਆ। ਸ਼੍ਰੋਮਣੀ ਅਕਾਲੀ ਦਲ ਉਹ ਬਾਜੀ ਮਾਰ ਗਿਆ, ਉਹਦੇ 3 ਚੋਂ ਵੀ 2 ਤੇ ਆ, अच्छा जी ਤੇ ਬੀਜੇਪੀ ਦੇ ਜਿਹੜੇ 2 ਜਿੱਤੇ ਆ ਉਹਨਾਂ ਚੋਂ 1 ਤੇ ਆ। ਠੀਕ ਹੈ ਜੀ। ਤੇ ਯਾਨੀ ਕਿ ਪਤਾ ਇੱਕ ਇਹਨਾਂ ਦੇ ਜਿਹੜੇ ਇਹ ਅਪਰਾਧਿਕ ਮਾਮਲੇ ਸੀ ਉਹਨਾਂ ਨੇ ਇਹ ਚੋਣ ਕਮਿਸ਼ਨ ਨੂੰ ਦੱਸਿਆ ਵੀ ਸਾਡੇ ਤੇ ਇਹ ਆ, ਆਪ ਮੰਨਿਓ। ਠੀਕ ਹੈ ਜੀ। ਤੇ ਜਿਹੜੇ ਕਹਿੰਦੇ ਗੰਭੀਰ ਮਾਮਲੇ ਆ ਜਿਹਦੇ ਵਿੱਚ ਤੁਹਾਨੂੰ ਪਹਿਲਾਂ ਦੱਸਿਆ ਵੀ ਗੰਭੀਰ ਮਾਮਲਿਆਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਦੇ ਵਿੱਚ 23, ਕਾਂਗਰਸ ਦੇ 2, ਜੀ ਸ਼੍ਰੋਮਣੀ ਅਕਾਲੀ ਦਲ ਦੇ 2, ਜੀ ਇਹਨਾਂ ਖਿਲਾਫ ਇਹ ਮਾਮਲੇ ਦਰਜ ਆ। ਠੀਕ ਹੈ ਜੀ। ਤੇ ਠੀਕ। ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਉਹਨਾਂ ਦੀ ਜਾਇਦਾਦ ਵੱਲ। ਹਾਂ ਜੀ। ਜਿਹੜੀ ਹੁਣ ਮੌਜੂਦਾ ਵਿਧਾਨ ਸਭਾ ਉਹਦੇ 'ਚ 87 ਜਣੇ ਆ ਜਿਹੜੇ ਉਹ ਕਰੋੜਪਤੀ ਆ, ਜੀ ਯਾਨੀ ਕਿ 74% ਵਿਧਾਇਕ ਜਿਹੜੇ ਉਹ ਕਰੋੜਪਤੀ ਆ। ਹਾਂ ਜੀ। ਤੇ ਪਿਛਲੀ ਵਿਧਾਨ ਸਭਾ ਦੇ ਵਿੱਚ ਇਹ ਗਿਣਤੀ 95% ਸੀ, ਠੀਕ ਹੈ ਜੀ। 95 ਸੀ ਯਾਨੀ ਕਿ 117 ਚੋਂ। ਹੁਣ ਆਮ ਆਦਮੀ ਪਾਰਟੀ ਦੇ ਇਸ ਹੋਣ ਵਾਲੀ ਵਿਧਾਨ ਸਭਾ ਦੇ ਵਿੱਚ ਜਿਹੜੇ 63 ਜਣੇ ਆ ਉਹ ਕਰੋੜਪਤੀ ਆ 92 ਚੋਂ, ਕਾਂਗਰਸ ਦੇ 17 ਜਣੇ 18 ਚੋਂ, ਜੀ ਤੇ ਸ਼੍ਰੋਮਣੀ ਅਕਾਲੀ ਦੇ 3 ਚੋਂ 3 ਠੀਕ ਹੈ ਜੀ ਕਰੋੜਪਤੀ ਆ, ਤੇ ਬੀਜੇਪੀ ਦੇ ਜਿਹੜੇ 2 ਆ ਉਹ ਦੋਨੇ ਕਰੋੜਪਤੀ ਆ, ਤੇ ਬਹੁਜਨ ਸਮਾਜ ਪਾਰਟੀ ਠੀਕ ਹੈ ਜੀ, ਉਹਦਾ 1 ਜਣਾ ਤੇ ਉਹ ਇੱਕੋ ਹੀ ਕਰੋੜਪਤੀ ਆ। ਵਾਹ ਜੀ, ਕੀ ਬਾਤ ਹੈ। ਚਲੋ ਚਲੋ, ਇਹ ਵੀ ਦੂਸਰਾ ਪੱਖ ਇਹ ਵੀ ਹੈਗਾ ਵੀ ਸ਼ਾਇਦ ਰੱਜੀਆਂ ਹੋਈਆਂ ਮੱਖੀਆਂ ਹੋਰ ਨਾ ਚੂਸਣ, ਤੇ ਜਿਹੜੇ ਮੇਰੇ ਵਰਗੇ ਜ਼ਿਆਦਾ ਲੱਗੇ ਸ਼ਾਇਦ ਉਹ ਇੱਧਰ ਦੱਸਣ ਇਹ ਹੋਏ। ਕੋਈ ਇਹ ਕੋਈ ਸ਼ਰਤ ਵੀ ਨਹੀਂ ਹੋਣੀ ਚਾਹੀਦੀ ਜੀ, ਤੇ ਇਹ ਕੋਈ ਆਪਣੇ ਆਪ ਨੂੰ ਦਿਲਾਸਾ ਵੀ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਕੋਈ ਭੁੱਖਾ ਤੇ ਉਹ ਰੱਜਣ ਲਈ ਲੁੱਟੂਗਾ ਤੇ ਜਿਹੜਾ ਰੱਜਿਆ ਹੋਇਆ ਉਹ ਪਹਿਲੇ ਹੀ ਰੱਜਿਆ ਹੋਇਆ, ਇਹ ਕੋਈ ਸ਼ਰਤ ਨਹੀਂ ਹੁੰਦੀ। ਜੀ ਸ਼ਰਤ ਤੁਹਾਡੀ ਨੀਤ ਹੁੰਦੀ ਆ, ਠੀਕ ਹੈ ਜੀ। ਕਿਉਂਕਿ ਕਈ ਵਾਰ ਜਿਹੜੀ ਨੀਤ ਆ ਕਹਿੰਦੇ ਨਾ ਤੇਰਾ ਢਿੱਡ ਭਰ ਗਿਆ ਤੇਰੀ ਨੀਤ ਨਹੀਂ ਭਰੀ। ਹਾਂ ਜੀ, ਚਲੋ। ਜੀ 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 ਤੇ ਇਸ ਕਰਕੇ ਜਾਨੀ ਕਿ ਸਾਨੂੰ ਇਹ ਵੀ ਉਹ ਨਹੀਂ ਰੱਖਣਾ ਚਾਹੀਦਾ ਕਿ ਉਹ ਪਹਿਲਾਂ ਰੱਜੇ ਦੇ ਉਹ ਨਹੀਂ ਹੋਣਗੇ, ਪਰ ਅਸਲ ਦੇ ਵਿੱਚ ਅਸਲੀਅਤ ਇਹ ਹੈ। ਠੀਕ ਹੈ ਜੀ। ਤੇ ਇੱਕ ਸਵਾਲ ਮੈਂ ਹੋਰ ਕਰੂੰਗਾ ਮੰਦੀ, ਫਿਰ ਇਸ ਤੋਂ ਬਾਅਦ ਆਪਾਂ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਜਿੰਨੇ ਵੀ ਸੱਜਣ ਜਿਹੜੇ ਹੈਗੇ ਫੇਸਬੁੱਕ ਲਾਈਵ ਸੁਣ ਰਹੇ ਆ ਜਾਂ ਰੇਡੀਓ ਦੇ ਆਪਣੇ ਵੈਬਸਾਈਟ ਤੇ ਪਹੁੰਚੇ ਹੋਏ ਆ ਉਧਰ ਦੀ ਸੁਣ ਰਹੇ ਹੈਗੇ, ਕਾਫੀ ਸੱਜਣ ਜੁੜੇ ਹੋਏ ਹੈਗੇ, ਸਾਰਿਆਂ ਨੂੰ ਅਸੀਂ ਕਹਾਂਗੇ ਕਿ ਉਹਨਾਂ ਵਾਸਤੇ ਲਾਈਨਾਂ ਜਿਹੜੀਆਂ ਹੈਗੀਆਂ ਨੇ ਉਹ ਥੋੜੀ ਦੇਰ ਤੱਕ ਆਪਾਂ ਖੋਲਦੇ ਆ, ਤੁਹਾਡੇ ਤੋਂ ਬਾਅਦ ਫਿਰ ਆਪਾਂ ਕੰਟੀਨਿਊ ਰੱਖਾਂਗੇ। ਤੇ ਕੁਝ ਕੁ ਹੈਰਾਨੀ ਵਾਲੀ ਗੱਲ ਹੈ ਕਿ ਜਿਉਂ ਜਿਉਂ ਪ੍ਰੋਗਰਾਮਾਂ ਦੀ ਲੜੀ ਅੱਗੇ ਤੁਰਦੀ ਜਾਂਦੀ ਹੈ ਨਾ, ਹਾਂਜੀ ਜਿਹੜੀ ਜਗਮਗ ਜਗਮਗ ਵੈਬਸਾਈਟ ਵਾਲੇ ਪਾਸੇ ਜ਼ਿਆਦਾ ਹੋਣ ਲੱਗ ਗਈ ਆ। ਜੀ ਬਿਲਕੁਲ। ਆਪ ਦੇਖ ਰਹੇ ਹੋ ਕਿ ਉੱਧਰ ਕਿਵੇਂ ਟੈਂਟਵਾਂ ਨੇ ਤਾਰੇ ਚਮਕਦੇ ਆ, ਤੁਸੀਂ ਦੇਖੋ ਕਿੱਥੋਂ ਕਿੱਥੋਂ ਚਮਕਦੇ ਆ। ਜੀ ਵਾਹ ਜੀ ਵਾਹ, ਕੀ ਬਾਤ ਹੈ। ਹਾਂਜੀ, ਸੋ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ। ਤੇ ਮੈਂ ਲਾਸਟ ਕੁਐਸਚਨ ਕਰੂੰਗਾ, ਕਿਉਂਕਿ ਸਰਕਾਰ ਜਿਹੜੀ ਹੈਗੀ ਆ ਕੱਲ ਨੂੰ ਉਹਨਾਂ ਨੇ ਸਹੁੰ ਚੁੱਕ ਸਮਾਗਮ ਹੋਣਾ ਹੈਗਾ, ਤੇ ਇਹ ਕੀ ਜਿਹੜਾ ਹੈਗਾ ਸਰਕਾਰ ਜਿੱਦੇ ਚੁਣੀ ਜਾਂਦੀ ਹੈਗੀ, ਇਲੈਕਟ ਹੋ ਜਾਂਦੇ ਆ, ਨਤੀਜੇ ਆ ਜਾਂਦੇ ਆ, ਉਦੋਂ ਤੋਂ ਇਹਨਾਂ ਦੇ ਸਾਰਾ ਕੁਝ ਹੱਥਾਂ ਦੇ ਵਿੱਚ ਆ ਜਾਂਦਾ ਹੁੰਦਾ ਕਿ ਜਾਂ ਜਿੱਦੇ ਸਹੁੰ ਚੁੱਕਦੇ ਆ ਉਸ ਤੋਂ ਬਾਅਦ ਆਉਂਦਾ? ਕਿਉਂਕਿ ਅੱਜ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਦੇ ਆ ਕਿ ਬਹੁਤ ਸਾਰੇ ਘੜਮ ਚੌਧਰੀ ਵੀ ਹੈਗੇ ਆ, ਤੇ ਕੁਝ ਜਿਹੜੇ ਐਮਐਲਏ ਬਣੇ ਆ, ਚਲੋ ਉਹਨਾਂ ਦਾ ਜਾਣਾ ਹੱਕ ਬਣਦਾ ਹੈਗਾ, ਤੇ ਆਮ ਹਸਪਤਾਲਾਂ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਤੇ ਜਾ ਕੇ ਜਿਹੜਾ ਹੈਗਾ ਬੇਫਜ਼ੂਲ ਜੀ ਦਾ ਮੈਨੂੰ ਲੱਗਿਆ, ਮੇਰੇ ਮੇਰੇ ਸੋਚਣ ਮੁਤਾਬਕ ਕਿ ਜ਼ਿਆਦਾ ਰੌਲਾ ਪਾ ਰਿਹਾ ਕੁਝ। ਅਸਲ ਦੇ ਵਿੱਚ ਕੀ ਆ ਕਿ ਜਿਸ ਦਿਨ ਚਰਨਜੀਤ ਚੰਨੀ ਜੀ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਜੀ, ਤੇ ਭਗਵੰਤ ਮਾਨ ਨੂੰ ਇੱਕ ਤਰ੍ਹਾਂ ਪੇਸ਼ਕਸ਼ ਹੋ ਗਈ, ਜੀ ਠੀਕ ਹੈ, ਉਹ ਰਸਮੀ ਤੌਰ ਤੇ ਇੱਕ ਤਰ੍ਹਾਂ ਉਹ ਚੁਣੇ ਗਏ, ਜੀ ਠੀਕ ਹੈ, ਪਾਰਟੀ ਨੇ ਆਪਣਾ ਮੁੱਖ ਮੰਤਰੀ ਚਿਹਰਾ ਦਿੱਤਾ, ਜੀ ਤੇ ਜਿਹੜੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਉਹ ਬੇਫਜ਼ੂਲ ਕਰ ਰਹੇ ਆ, ਪਰ ਮੈਂ ਇਹ ਕਹੂੰਗਾ ਕਿ ਫਰਜ਼ ਉਹਨਾਂ ਦਾ ਉਸ ਦਿਨ ਤੋਂ ਸ਼ੁਰੂ ਹੋ ਗਿਆ ਜਿਸ ਦਿਨ ਤੋਂ ਇਹ ਅਨਾਉਂਸ ਹੋ ਗਿਆ ਕਿ ਇਹ ਉਹ ਜਿੱਤ ਗਏ। ਚਲੋ ਜੀ 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 ਪਰ ਜਿਹੜਾ ਕਹਿੰਦਾ ਨਾ ਵੀ ਤੱਤਾ ਜਦੋਂ ਤੁਸੀਂ ਕੋਈ ਲੱਤ ਲੱਗਦੇ ਹੋ ਤੇ ਫਿਰ ਉਹ ਤੱਤਾ ਫਿਰ ਤੁਹਾਨੂੰ ਅੱਗੇ ਜ਼ਖਮ ਨਹੀਂ ਦਿੰਦਾ, ਜੀ ਠੀਕ ਹੈ, ਜਿਹੜੇ ਆਪ ਦੇ ਐਮਐਲਏ ਵੱਲੋਂ ਜਾਂ ਜਿਹੜੇ ਤੁਸੀਂ ਘੜਮ ਚੌਧਰੀ ਕਿਹਾ ਉਹਨਾਂ ਵੱਲੋਂ ਹਾਂਜੀ ਸਕੂਲਾਂ ਹਸਪਤਾਲਾਂ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਉਹ ਬੜੀ ਹਾਸੋਹੀਣੀ ਲੱਗ ਰਹੀ ਹੈ ਫਿਲਹਾਲ, ਠੀਕ ਹੈ, ਠੀਕ ਹੈ ਇਹਦਾ ਜੀ, ਮਤਲਬ ਇਹ ਨਹੀਂ ਕਿ ਅਸੀਂ ਇੱਕੋ ਦਿਨ 'ਚ ਇਹ ਸਾਰਾ ਕੁਝ ਠੀਕ ਕਰ ਲਾਂਗੇ, ਬਿਲਕੁਲ 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 ਤੇ ਬਿਲਕੁਲ, ਕਿਉਂਕਿ ਇਹ ਵੀ ਨਹੀਂ ਕਿ ਉਹ ਇੱਕੋ ਦਿਨ 'ਚ ਖਰਾਬ ਹੋਇਆ ਸਿਸਟਮ, ਜਾਂ ਉਹ ਸਿਸਟਮ ਇੱਥੋਂ ਨਹੀਂ ਖਰਾਬ ਹੋਇਆ, ਉਹ ਸਿਸਟਮ ਦੀਆਂ ਤਾਰਾਂ ਉੱਥੇ ਆ ਜਿੱਥੇ ਤੁਸੀਂ ਚੁਣ ਕੇ ਜਾਣਾ ਹੁਣ ਬਿਲਕੁਲ ਬਿਲਕੁਲ ਉੱਥੋਂ ਬਿਲਕੁਲ ਸ਼ੁਰੂ ਹੁੰਦੀਆਂ, ਜੀ ਠੀਕ ਹੈ। ਤੁਸੀਂ ਇਹ ਦੇਖੋ ਕਿ ਇੱਕ ਐਮਐਲਏ ਦੂਜੀ ਵਾਰ ਜਿਹੜੇ ਐਮਐਲਏ ਚੁਣੇ ਗਏ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ, ਜੀ ਉਹਨਾਂ ਨੇ ਆਪਣੀ ਵੀਡੀਓ ਰਾਹੀਂ ਇੱਕ ਅਪੀਲ ਕੀਤੀ ਹੈ, ਕਹਿੰਦੇ ਵੀ ਵੀਰੋ ਉਹ ਸਾਡੇ ਆਪਣੇ ਆ ਤੇ ਤੁਸੀਂ ਇਸ ਤਰ੍ਹਾਂ
ਤਰ੍ਹਾਂ ਕਰਕੇ ਤੱਤੇਪਣ ਦੇ ਵਿੱਚ ਇਹ ਕੰਮ ਨਾ ਕਰੋ। ਜੀ ਤੇ ਮੈਂ ਇੱਥੇ ਜਾਨੀ ਕਿ ਇਹ ਕਹੂੰਗਾ ਕਿ ਜਿਹੜੇ ਹੋਰਾਂ ਪਾਰਟੀਆਂ ਦੇ ਜਿਹੜੇ ਵਰਕਰ ਆ, ਜਿਹੜੀਆਂ ਪਾਰਟੀਆਂ ਹਾਰ ਗਈਆਂ ਉਹਨਾਂ ਦੇ ਵਰਕਰਾਂ ਨੂੰ ਠਿੱਠ ਕਰਨ ਦੀ ਜਿਹੜੀ ਚੱਲ ਰਹੀ ਹੈ ਨਾ ਅਮਲ ਚੱਲ ਰਿਹਾ ਪਿੰਡਾਂ ਸ਼ਹਿਰਾਂ ਦੇ ਵਿੱਚ, ਇਹ ਵੀ ਬਹੁਤ ਮਾੜਾ। ਜੀ ਬਿਲਕੁਲ। ਸਰਕਾਰੀ ਸਕੂਲਾਂ ਚ ਹਸਪਤਾਲਾਂ ਚ ਜਾਨੀ ਕਿ ਹੀੜ ਹੀੜ ਕਰਕੇ ਪਹੁੰਚਣ ਨਾਲੋਂ ਜੇ ਲੋਕਾਂ ਦੀ ਲੁੱਟ ਦੇ ਖਿਲਾਫ਼ ਬੋਲਣਾ ਨਾ, ਉਹ ਲੁੱਟ ਸਰਕਾਰੀ ਹਸਪਤਾਲਾਂ ਜਾਂ ਸਰਕਾਰੀ ਸਕੂਲਾਂ ਚ ਨਹੀਂ ਹੁੰਦੀ, ਬਿਲਕੁਲ ਉਹ ਲੁੱਟ ਪ੍ਰਾਈਵੇਟ ਹਸਪਤਾਲਾਂ ਚ ਹੁੰਦੀ ਆ, ਜੀ ਉਹ ਲੁੱਟ ਪ੍ਰਾਈਵੇਟ ਸਕੂਲਾਂ ਚ ਹੁੰਦੀ ਆ ਜਿੱਥੇ ਹਰ ਸਾਲ ਆਪਦੀ ਮਰਜ਼ੀ ਨਾਲ ਸਿਲੇਬਸ ਬਦਲ ਦਿੱਤਾ ਜਾਂਦਾ, ਆਪਦੀ ਮਰਜ਼ੀ ਨਾਲ ਬਦਲ ਵਰਦੀਆਂ ਬਦਲ ਦਿੱਤੀਆਂ ਜਾਂਦੀਆਂ। ਜੀ ਪ੍ਰਾਈਵੇਟ ਹਸਪਤਾਲਾਂ ਚ ਲੁੱਟ ਕਿਵੇਂ ਹੁੰਦੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਬਾਹਰ ਬੈਠੇ ਮੈਡੀਕਲ ਸਟੋਰ ਆ ਉਹਨਾਂ ਨੂੰ ਪਰਚੀ ਜਾਂਦੀ ਆ, ਉਹ ਪਰਚੀ ਚੋਂ ਵੀ ਕਮਿਸ਼ਨ ਅੰਦਰ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਕੋਲ ਆਉਂਦਾ। ਬਿਲਕੁਲ ਬਿਲਕੁਲ। ਤੁਸੀਂ ਇਹ ਦੇਖੋ ਕਿ ਲੋਕ ਬੋੜੀ ਬੋੜੀ ਕਰਕੇ ਹਸਪਤਾਲ ਜਾਣ ਨਾਲੋਂ ਮਰਨ ਨੂੰ ਪਹਿਲ ਦਿੰਦੇ ਆ, ਹੱਥ ਜੋੜਦੇ ਆ ਰੱਬਾ ਚੱਕ ਲਾ ਹਸਪਤਾਲ ਨਾ ਭੇਜ ਦੀ, ਕਿਉਂਕਿ ਪਤਾ ਸਾਡੇ ਜਿਉਂਦਿਆਂ ਦੀ ਸੇ ਸਾਨੂੰ ਬਚਾ ਲਿਆ ਨਾ ਪਿਛਲਾ ਘਰ ਪੱਟਿਆ ਜਾਂਦਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਇੱਥੇ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਸੂਝਵਾਨ ਵਰਕਰ ਆ ਉਹਨਾਂ ਨੂੰ ਇਹ ਬੇਨਤੀ ਵੀ ਕਰਾਂਗੇ, ਜਿਹੜੇ ਹਸਪਤਾਲ ਆ ਜਾਂ ਸਰਕਾਰੀ ਸਕੂਲ ਆ ਉਹਨਾਂ ਦੇ ਜਿਹੜੇ ਟੀਚਰ ਆ ਪਹਿਲਾਂ, ਉਹ ਤਾਂ ਟੀਚਰ ਤਾਂ ਪਹਿਲੇ ਡਾਕੀਏ ਬਣਾਏ ਪਏ ਆ, ਉਹਨਾਂ ਕੋਲ ਕੰਮ ਹੀ ਇੰਨਾ ਕਿ ਉਹ ਜਵਾਕਾਂ ਨੂੰ ਭੋਜਨ ਖਵਾਉਣ ਬਣਾਉਣ ਤੱਕ ਦੇ ਕੰਮ ਆਪ ਕਰਦੇ ਆ। ਜੀ ਬਿਲਕੁਲ। ਠੀਕ ਆ, ਤੇ ਜਦੋਂ ਉਹਨਾਂ ਕੋਲ ਕੰਮ ਹੀ ਨਹੀਂ ਹੈ ਤਾਂ ਪੜਾਉਣਗੇ ਕਿੱਥੋਂ, ਤੇ ਤੁਸੀਂ ਉੱਤੋਂ ਦੀ ਚੈਕਿੰਗ ਕਰਨ ਦੇ ਨਾਂ ਤੇ ਉਹਨਾਂ ਨੂੰ ਜਲੀਲ ਕਰਦੇ ਜਾ ਕੇ। ਆਪਣੇ ਦੋਸਤ ਆ ਬਰਗਾੜੀ ਤੋਂ, ਬਰਗਾੜੀ ਗੋੜ ਵਾਲੇ ਭਵਿੰਦਰ ਬਰਗਾੜੀ ਉਹ ਅਧਿਆਪਕ ਵੀ ਆ ਜੀ, ਉਹਨਾਂ ਨੇ ਆਪਣੀ ਇੱਕ ਯਾਦ ਸਾਂਝਿਆਂ ਕਰਦਿਆਂ ਹੋਇਆ ਇੱਕ ਪੋਸਟ ਪਾਈ, ਉਹ ਪੋਸਟ ਦੇ ਵਿੱਚ ਉਹਨਾਂ ਨੇ ਫੋਟੋ ਦਿਖਾਈ ਕਿ ਕੁਲਤਾਰ ਸਿੰਘ ਸੰਧਵਾਂ 2017 ਦੇ ਵਿੱਚ ਸਾਡੇ ਸਕੂਲ ਆਏ। ਉਹ ਕਹਿੰਦੇ ਵੀ ਉਹਨਾਂ ਨੇ ਸਕੂਲ ਦਾ ਮਾਹੌਲ ਦੇਖਿਆ, ਸਕੂਲ ਦੇ ਵਿੱਚ ਦਰਖਤ ਲੱਗੇ, ਸਾਰਾ ਕੁਝ ਦੇਖਦੇ ਉੱਠ ਕੇ ਕਹਿੰਦੇ ਵੀ ਉਹਨਾਂ ਨੇ ਜਦੋਂ ਸਾਨੂੰ ਸਕੂਲ ਦੇ ਵਿੱਚ ਸੁਧਾਰ ਲਿਆਉਣ ਲਈ ਸੁਝਾਅ ਵੀ ਦਿੱਤੇ, ਜਾਣ ਤੋਂ ਪਹਿਲਾਂ ਕਹਿੰਦੇ ਉਹਨਾਂ ਨੇ ਗੱਡੀ ਦੀ ਡਿੱਗੀ ਖੋਲੀ ਤੇ ਬੱਚਿਆਂ ਦੇ ਲਈ ਉਹਨਾਂ ਨੇ ਕਿਤਾਬਾਂ ਕਾਪੀਆਂ ਪੈਨ ਪੈਨਸਲਾਂ ਜੋ ਸੀ ਜਿਹੜੇ ਬੱਚੇ ਲੋੜਵੰਦ ਸੀ ਉਹਨੂੰ ਬੈਗ ਵੀ ਦਿੱਤੇ। ਭਿੰਦਰ ਸਿੰਘ ਬਰਗਾੜੀ ਨੇ ਸਿੱਧੇ ਸਿੱਧੇ ਲਫ਼ਜ਼ਾਂ ਚ ਕਿਹਾ, ਉਹ ਕਹਿੰਦੇ ਵੀ ਬਾਈ ਜਿਹੜੇ ਚੈੱਕ ਕਰਨ ਆਉਣੇ ਆ ਤੁਸੀਂ ਸਕੂਲਾਂ ਨੂੰ, ਅਸੀਂ ਸਕੂਲਾਂ ਵਾਲੇ ਮਾਸਟਰ ਕਿਸੇ ਦੀਆਂ ਜਾਲੀ ਰੇਤੇ ਵਾਲੀਆਂ ਟਰਾਲੀਆਂ ਨੀ ਲਿਖਾਉਂਦੇ, ਅਸੀਂ ਪਿੰਡੋ ਪਿੰਡ ਚਿੱਟਾ ਵੰਡਣ ਨੀ ਜਾਂਦੇ, ਜੇ ਕੰਮ ਕਰਨੇ ਆ ਤੁਹਾਡੇ ਕੋਲ ਹੋਰ ਕੰਮ ਬਹੁਤ ਆ, ਕਹਿੰਦੇ ਅਸੀਂ ਵਿਦਿਆ ਵੰਡਣ ਦਾ ਕੰਮ ਕਰਦੇ ਆ ਚਿੱਟਾ ਨੀ ਬਣਦੇ। ਜੀ ਬਿਲਕੁਲ ਸਰ ਮਨਦੀਪ, ਮੇਰੇ ਖਿਆਲ ਦੇ ਵਿੱਚ ਟਾਈਮ ਤੁਸੀਂ 5 ਮਿੰਟ ਕਹਿੰਦੇ ਜ਼ਿਆਦਾ ਲੈ ਗਏ, ਇੱਦਾਂ ਕਰ ਦੀਗਾ ਹਾਂ ਅਗਲੀ ਵਾਰ ਕੱਟਣੀ। ਹੁਣ ਜਿਹੜੀ ਸਾਡੇ ਸਪੋਂਸਰਾਂ ਦਾ ਧੰਨਵਾਦ ਜਾਂਦੇ ਹੋਏ ਕਰ ਜਿਓ ਇੱਕ ਵਾਰੀ ਫੇਰ, ਤੇ ਜਿਹੜਾ ਅਸੀਂ ਮੈਂ ਲਾਈਨਾਂ ਖੋਲ ਦਿੱਤੀਆਂ ਜਾਣੀਆਂ, ਇੱਕ ਕਬੱਡੀ ਦਾ ਗੀਤ ਮੈਂ ਲਾਈਨ ਅਪ ਕਰਿਆ ਹੈਗਾ, ਗੀਤ ਕਬੱਡੀ ਲਿਖਿਆ ਸੀ ਤੇ ਮੈਂ ਆ ਗਿਆ, ਹੁਣ ਗਾਇਆ ਪਤਾ ਨਹੀਂ ਕਿਹਨੇ ਆ ਤੇ ਉਹ ਬਾਅਦ ਚ ਪਤਾ ਲੱਗੂਗਾ, ਪਰ ਮੈਂ ਚਾਹੂੰਗਾ ਕਿ ਜਿਹਨੇ ਸਾਡੇ ਸਪੋਂਸਰ ਨੇ ਉਹਨਾਂ ਦਾ ਇੱਕ ਵਾਰੀ ਤੁਸੀਂ ਵੀ ਆਪਣੇ ਵੱਲੋਂ ਧੰਨਵਾਦ ਕਰ ਦਿਓ ਤੇ ਫਿਰ ਲਾਈਨਾਂ ਜਿਹੜੀਆਂ ਖੋਲ ਦਿਓ। ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਕੱਲ ਦੇ ਤੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਜੀ ਹਰਦਿਆਲ ਸਿੰਘ ਬਾਰੀ ਜੀ ਤੇ ਸੁਰਿੰਦਰ ਸਿੰਘ ਮੇਨ ਤਵਾਰ ਵੱਲੋਂ ਜੀ, ਤੇ ਨਾਲ ਹੀ ਗੁਰੂ ਨਾਨਕ ਸਿੱਖ ਟੈਂਪਲ ਗੁਰਦੁਆਰਾ ਗਲਾਸਗੋ ਜੀ, ਤੇ ਸਾਡੇ ਹਰਜੀਤ ਸਿੰਘ ਜੀ ਖਹਿਰਾ ਬਾਬਾ ਬੁੱਢਾ ਦਲ ਵੱਲੋਂ ਜੀ, ਪਰਮਜੀਤ ਸਿੰਘ ਸਮਰਾ ਜੀ ਸਪਾਈਸ ਆਫ ਲਾਈਫ ਵੱਲੋਂ ਜੀ, ਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਜੀ, ਤੇ NRI ਏਕਤਾ ਜਿਹੜੀ ਸੰਸਥਾ ਉਹਦੇ ਵੀਰ ਅਵਤਾਰ ਸਿੰਘ, ਤੇ ਸਾਡਾ ਇੱਥੋਂ ਦਾ ਲੋਕਲ ਮਹਿਕ ਪੰਜਾਬ ਦੀ ਗਿੱਧਾ ਗਰੁੱਪ ਦੀਆਂ ਜਿੰਨੀਆਂ ਵੀ ਬੀਬੀਆਂ ਭੈਣਾਂ ਸਾਡੀਆਂ ਉਹਨਾਂ ਵੱਲੋਂ ਜਿੰਨਾ ਸਹਿਯੋਗ ਹੁਣ ਤੱਕ ਦਿੱਤਾ ਗਿਆ ਉਹਦੇ ਲਈ ਅਸੀਂ ਸ਼ੁਕਰ ਗੁਜ਼ਾਰ ਹਾਂ, ਤੇ ਮੈਂ ਨਾਲ ਹੀ ਜਿੰਨੇ ਵੀ ਸਾਡੇ ਸੂਝਵਾਨ ਮਿੱਤਰ ਰੇਡੀਓ ਪ੍ਰੋਗਰਾਮ ਨੂੰ ਸੁਣ ਰਹੇ ਆ, ਅਸੀਂ ਉਹਨਾਂ ਨੂੰ ਇਹੀ ਕਹਾਂਗੇ ਤੁਸੀਂ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਕੋਲ ਕੋਈ ਸਹਿਯੋਗ ਨੀ ਮੰਗਦੇ, ਅਸੀਂ ਰੇਡੀਓ ਤੇ ਰੁਮਾਲਾ ਨੀ ਪਾਉਣਾ, ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਸਮਾਜ ਦੀ ਗੱਲ ਕਰਾਂਗੇ, ਸਮਾਜ ਦੇ ਵਿੱਚ ਅਸੀਂ ਸਾਰੇ ਵਸਦੇ ਹਾਂ, ਤੁਹਾਡਾ ਵੀ ਸਹਿਯੋਗ ਜੇ ਤੁਸੀਂ ਸਾਨੂੰ ਸਹਿਯੋਗ ਦਿਓਗੇ ਤਾਂ ਅਸੀਂ ਤੁਹਾਡੇ ਜਿਹੜੇ ਕੰਮ ਕੀਤੇ ਆ ਉਹਨੂੰ ਹੋਰ ਅੱਗੇ ਵਧਣ ਲਈ ਜੋ ਉਹਦੀ ਇਸ਼ਤਿਹਾਰਬਾਜ਼ੀ ਆ ਉਹਦੇ ਵਿੱਚ ਸ਼ਾਮਲ ਹੋਵਾਂਗੇ। ਜੀ ਬਿਲਕੁਲ, ਜਦੋਂ ਵੀ ਤੁਸੀਂ ਸਪੋਂਸਰ ਬਣਨਾ ਸਾਡੇ ਨਾਲ ਸਿੱਧੇ ਤੌਰ ਤੇ ਗੱਲ ਕਰੋ, ਤੇ ਜੀ ਬਿਲਕੁਲ। ਇੱਕ ਮਨਦੀਪ, ਇੱਕ ਇੱਕ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਮੈਂ ਹੋਰ ਤੁਹਾਡੇ ਮੂੰਹ ਘੋਣਾ ਚਾਹੂੰਗਾ, ਵੈਸੇ ਕੱਲ ਆਪਾਂ ਪ੍ਰੋਗਰਾਮ ਕਰਿਆ ਸੀ ਪੂਰੇ ਦਾ ਪੂਰਾ, ਜਿਹੜੇ ਆਪਣੇ ਜਨਗਣ ਹੋ ਰਹੀ ਹੈ, ਮਰਦਮਸ਼ੁਮਾਰੀ ਹੋ ਰਹੀ ਹੈਗੀ ਹੈ, ਤੇ ਉਹਦੇ ਬਾਰੇ ਸੰਖੇਪ ਦੇ ਵਿੱਚ ਕਿ ਡੇਟ ਜਿਹੜੀ ਹੈਗੀ ਹੈ, ਡੈਡਲਾਈਨ ਕਿੰਨੀ ਹੈਗੀ ਆ, ਤੇ ਸਾਰਿਆਂ ਨੂੰ ਜਿਹੜਾ ਲੈਟਰ ਪਹੁੰਚੇ ਹੋਏ ਘਰਾਂ ਦੇ ਵਿੱਚ ਵੀ ਜ਼ਰੂਰ ਭਰ ਦੇਣ, ਤੇ ਉਹਦੇ ਬਾਰੇ ਤੁਸੀਂ ਮਾੜਾ ਜਿਹਾ ਦੱਸ ਦਿਓ। ਸਕਾਟਲੈਂਡ ਦੀ ਮਰਦਮਸ਼ੁਮਾਰੀ ਹੈ ਜਾਨੀ ਕਿ ਸੈਂਸਸ ਸਕਾਟਲੈਂਡ 2022 ਇਹ 2021 ਚ ਹੋਣੀ ਸੀ ਪਹਿਲਾਂ, ਹਾਂਜੀ, ਤੇ ਕੋਵਿਡ ਕਰਕੇ ਉਹ 1 ਸਾਲ ਲੇਟ ਕਰਤੀ ਸੀ, ਸਾਨੂੰ 28 ਫਰਵਰੀ ਤੋਂ ਉਹਨਾਂ ਨੇ ਚਿੱਠੀਆਂ ਭੇਜਣੀਆਂ ਸ਼ੁਰੂ ਕੀਤੀਆਂ ਸੀ ਘਰਾਂ ਦੇ ਵਿੱਚ, ਹਾਂਜੀ, ਉਹ ਚਿੱਠੀ ਦੇ ਉੱਪਰ ਸੈਂਸਸ ਸਕਾਟਲੈਂਡ ਲਿਖਿਆ ਵਾ, ਝੰਡਾ ਜਿਹਾ ਬਣਿਆ ਹੋਇਆ ਇੱਕ, ਜੀ ਜੇ ਤਾਂ ਤੁਹਾਡੇ ਘਰੇ ਚਿੱਠੀ ਪਈ ਆ ਤਾਂ ਵੀ ਠੀਕ ਹੈ, ਹਾਂਜੀ, ਤੇ ਨਹੀਂ
census.gov.scot ਨਾਂ ਦੀ ਵੈਬਸਾਈਟ ਤੇ ਜਾ ਕੇ ਜੀ ਤੁਸੀਂ ਇੰਟਰਨੈਟ ਐਕਸੈਸ ਕੋਡ ਦੁਆਰਾ ਮੰਗਵਾ ਸਕਦੇ ਹੋ ਤੇ ਉਹਦੇ ਵਿੱਚ ਜਿਹੜੀ ਜਾਣਕਾਰੀ ਆ ਉਹ ਸਹੀ ਸਹੀ ਭਰਨੀ ਆ ਸਾਰੀ ਜੀ ਤੇ ਜੇ ਤੁਸੀਂ ਕੋਈ ਗਲਤ ਜਾਣਕਾਰੀ ਵੀ ਮੁਹੱਈਆ ਕਰਾਉਣੀ ਹੋ ਤਾਂ ਵੀ ਤੁਹਾਨੂੰ £1,000 ਤੱਕ ਦਾ ਜੁਰਮਾਨਾ ਹੋ ਸਕਦਾ ਤੇ ਜੇ ਮਰਦ ਮਾਨਸ਼ੁਮਾਰੀ 'ਚ ਹਿੱਸਾ ਨਹੀਂ ਲੈਂਦੇ ਤਾਂ ਵੀ ਹੋ ਸਕਦਾ ਜੀ ਠੀਕ ਹੈ ਤੇ ਜਦੋਂ ਤੁਸੀਂ ਉਹ ਭਰਨਾ ਯਾਦ ਜ਼ਰੂਰ ਰੱਖਣਾ ਕਿ 16 ਨੰਬਰ ਖਾਨੇ ਦੇ ਵਿੱਚ ਜਾਂ 16 ਨੰਬਰ ਪ੍ਰਸ਼ਨ ਉੱਥੇ ਤੁਹਾਨੂੰ ਤੁਹਾਡੀ ਮੇਨ ਲੈਂਗੁਏਜ ਪੁੱਛੀ ਗਈ ਹੈ ਤੇ ਉੱਥੇ ਤੁਸੀਂ ਪੰਜਾਬੀ ਭਰਨੀ ਹੈ ਠੀਕ ਹੈ ਜੀ ਬਿਲਕੁਲ ਜਦੋਂ ਵੀ ਜੇ ਤੁਹਾਨੂੰ ਲੱਗੇ ਕਿ ਤੁਹਾਡੀ ਗੱਡੀ ਫਸ ਗਈ ਕਿਤੇ ਹਾਂਜੀ ਨਾ ਕਿਤੇ ਤੇ 10 ਹਾਜ਼ਰ ਆ ਜਦੋਂ ਮਰਜ਼ੀ 24 ਘੰਟੇ ਫੋਨ ਕਰੋ ਆਪਾਂ ਦੱਸਾਂਗੇ ਜੀ ਬਿਲਕੁਲ 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 ਇਸ ਸੋ ਵਾਲੀ ਅਸੀਂ 24 ਘੰਟੇ ਹਾਜ਼ਰ ਆ ਜੀ ਬਿਲਕੁਲ ਸੋ ਮਨਦੀਪ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਤੇ ਹੁਣ ਜਿਹੜਾ ਹੈਗਾ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਸੋ ਤੁਸੀਂ ਰੇਡੀਓ ਨੂੰ ਜਿਹੜਾ ਹੈਗਾ ਉਹ ਸੁਣੋ ਫਿਰ ਕੰਨ ਲਾ ਕੇ ਤੇ ਆਈ ਤੁਸੀਂ ਜੀ ਕੁੰਜੀ ਮੁਖਤਿਆਰ ਹੋ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੋਲਣ ਲਈ ਸਮਾਂ ਦਿੱਤਾ ਥੈਂਕ ਯੂ ਜੀ ਥੈਂਕ ਯੂ ਭਾਜੀ ਅਜੇ ਸਮਾਂ ਇੱਕ ਟਾਈਮ ਹੋਰ ਦੇਣਾ ਤੁਹਾਨੂੰ ਸਾਰਿਆਂ ਤੋਂ ਮਾਫੀ ਵੀ ਮੰਗਾਉਣੀ ਹੈ ਸੋ ਉਹਦਾ ਟਾਈਮ ਉਹਦਾ ਮੈਂ ਤੁਹਾਨੂੰ ਕੁੰਜੀ ਫੜਾਤੀ ਮਾਫੀਆਂ ਵੀ ਤੁਹਾਡੇ ਕੋਲ ਹੀ ਮੰਗ ਲਿਓ ਮੇਰੇ ਨਾਲ ਚਲੋ ਫਿਰ ਠੀਕ ਹੈ ਇਹ ਵੀ ਗੱਲ ਸਹੀ ਹੈ ਮਿਹਰਬਾਨੀ थैंक यू जी थैंक यू वेरी मच। लो जी जनाब ये सन मनदीप करमी साहब साढ़े रेडियो पंज दरिया के डायरेक्टर साहब क्या बात बंदा पंप हूँ आप ही मार ही दी ठीक है नी सो एनीवे बहुत बहुत शुक्रिया ते सब तो पहला फेसबुक लाइव जरिए सुन वाले की लिस्ट के सोडी बागड़ी जी पहुंचे ने सो बहुत बहुत शुक्रिया उन्होंने प्यार से मुहब्बत भरी सत श्रीकाल सारे सुन वाले कह रहे हैं हूँ लाइव अजे स्टैल सुन रहे हैं तो यह मैं पता नहीं पर स्टार्टिंग उन्होंने जी सारे सत श्रीकाल कही इस तो बाद मंगल सिंह जी कुंदर साहब उन्होंने सत श्रीकाल कही है बहुत बहुत शुक्रिया इस तो बाद साढ़े राज भाजी उन्होंने भी सत श्री अकाल कही है सो बहुत बहुत शुक्रिया उन्हों का साढ़े वालों भी प्यार से मुहब्बत भरी सत श्रीकाल ਤੇ ਮਨਦੀਪ ਖਰਮੀ ਸਾਹਿਬ ਉਹਨਾਂ ਨੇ ਮੈਸੇਜ ਪਾਇਆ ਸੀ ਕਿ ਵੈਬਸਾਈਟ ਦੇ ਜਰੀਏ ਤੁਸੀਂ ਜਾ ਕੇ ਜ਼ਰੂਰ ਪ੍ਰੋਗਰਾਮ ਨੂੰ ਜੇ ਕਿਉਂਕਿ ਫੇਸਬੁੱਕ ਦੇ ਜਰੀਏ ਕੋਈ ਨਾ ਕੋਈ ਗੱਲਬਾਤ ਘੱਟ ਵੱਧ ਹੋ ਸਕਦੀ ਹੈਗੀ ਇਸ ਤੋਂ ਬਾਅਦ ਜਸਵੀਰ ਸਿੰਘ ਜੀ ਬੰਬਰਾ ਸਾਹਿਬ ਸਾਡੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਬੰਧਕ ਸੋ ਉਹਨਾਂ ਨੇ ਵੀ ਜਿਹੜਾ ਹੈਗਾ ਉਹ ਕੀ ਕਹਿੰਦੇ ਆ ਹਾਂ ਰਾਈਟ ਗੁੱਡ ਦੇ ਨਿਸ਼ਾਨ ਜਿਹੜੇ ਹੈਗੇ ਭੇਜਿਆ ਬਹੁਤ ਬਹੁਤ ਸ਼ੁਕਰੀਆ ਇਸ ਤੋਂ ਬਾਅਦ ਦਲਜਿੰਦਰ ਸਿੰਘ ਜੀ ਸਮਰਾ ਸਾਹਿਬ ਸਾਡੇ ਵੱਡੇ ਭਾਈ ਇੰਡੀਆ ਗਏ ਹੋਏ ਆ ਹੁਣ ਸ਼ਾਇਦ ਇੰਡੀਆ ਤੋਂ ਹੀ ਸੁਣਦੇ ਹੋਣੇ ਆ ਵੈਸੇ ਕਿਉਂਕਿ ਜੈਕਲੇਟ ਤਾਂ ਜਾਂਦਿਆਂ ਨੂੰ ਹੁੰਦਾ ਹੁੰਦਾ ਵੀ ਇੰਡੀਆ ਦੇ ਵਿੱਚ ਨੀਂਦ ਨਹੀਂ ਆਉਂਦੀ ਹੁੰਦੀ ਤੇ ਪਰ ਬਾਈ ਜੀ ਹੁਣੀ ਅੱਜ ਤੱਕ ਜਾਗਦੇ ਆ ਕਿਉਂਕਿ ਕਾਫੀ ਦਿਨ ਹੋ ਗਏ ਨੇ ਗਿਆ ਨੂੰ ਇਸ ਮੌਕੇ ਤੇ ਇੰਡੀਆ ਸੌਣ ਦਾ ਟਾਈਮ ਹੈਗਾ ਪਰ ਫਿਰ ਵੀ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਪਿਆਰ ਤੇ ਮੁਹੱਬਤ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਤੋਂ ਬਾਅਦ ਕੁਮਾਰ ਕਰਮੂ ਹਾਂ ਕਰਮੂ ਧਾਲੀਵਾਲ ਜੀ ਸੋ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਸੋ ਅਸੀਂ ਉਹਨਾਂ ਨੂੰ ਪਿਆਰ ਤੇ ਮੁਹੱਬਤ ਭਰੀ ਸਤਿ ਸ਼੍ਰੀ ਅਕਾਲ ਮੈਂ ਕਰਮੂ ਬੋਲਦਾ ਜੀ ਮੀਨੀਆਂ ਵਾਲਾ ਕਿਆ ਬਾਤ ਹੈ ਜੀ ਸਾਡੇ ਵੱਡੇ ਬਾਈ ਨੇ ਸੋ ਸਾਡੇ ਪਿੰਡ ਤੋਂ ਨੇ ਸੋ ਬਹੁਤ ਬਹੁਤ ਸ਼ੁਕਰੀਆ ਕੈਨੇਡਾ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਰਹਿੰਦੇ ਆ ਪਿਆਰ ਤੇ ਮੁਹੱਬਤ ਭਰੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਤੇ ਇਸ ਤੋਂ ਬਾਅਦ ਸਿੱਕੀ ਬਾਈ ਜੀ ਉਹ ਵੀ ਯਾਦ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਝੱਜੀ ਪਿੰਡ ਵਾਲੇ ਸੋ ਪਿਆਰ ਤੇ ਮੁਹੱਬਤ ਭਰੀ ਸਤਿ ਸ਼੍ਰੀ ਅਕਾਲ ਇਸ ਤੋਂ ਬਾਅਦ ਸਿੱਕੀ ਭਾਜੀ ਸੰਦੀਪ ਨੰਗਲ ਅੰਬੀਆਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹਿ ਗਿਆ ਬਿਲਕੁਲ ਜੀ ਜਿਨ੍ਹਾਂ ਨੇ ਕਿਸੇ ਵੀ ਖੇਤਰ ਦੇ ਵਿੱਚ ਕੋਈ ਨਾ ਕੋਈ ਕੰਮ ਕੀਤਾ ਹੁੰਦਾ ਹੈਗਾ ਸੋ ਚੰਗੇ ਕੰਮਾਂ ਨੂੰ ਯਾਦ ਹਮੇਸ਼ਾ ਕੀਤਾ ਜਾਂਦਾ ਹੈਗਾ ਪਰ ਜਿਹੜੇ ਉਹਨਾਂ ਦੇ ਨਾਲ ਮਾੜਾ ਕਰਕੇ ਗਏ ਉਹਨਾਂ ਦੇ ਕਤਲ ਕਰਕੇ ਗਏ ਤੇ ਉਹਨਾਂ ਨੂੰ ਵੀ ਜਿਹੜਾ ਯਾਦ ਤਾਂ ਕਰਿਆ ਜਾਵੇਗਾ ਪਰ ਉਹਨਾਂ ਨੂੰ 5-7 ਗਾਲਾਂ ਕੱਢ ਕੇ ਜਿਹੜਾ ਹੈਗਾ ਉਹ ਯਾਦ ਕੀਤਾ ਜਾਵੇਗਾ ਸੋ ਐਨੀਵੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਯਾਦ ਕਰਦੇ ਇਸ ਤੋਂ ਬਾਅਦ ਨਰਿੰਦਰ ਸਿੰਘ ਜੀ ਗਰੇਵਾਲ ਸਾਹਿਬ ਡਬਲਿੰਗ ਵਾਲੇ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਇਸ ਤੋਂ ਬਾਅਦ ਸੋਢੀ ਬਾਗੜੀ ਜੀ ਲੱਗਦਾ ਹੈਗੇ ਆ ਜੀ ਦੁਬਾਰਾ ਫਿਰ ਸਤਿ ਸ੍ਰੀ ਅਕਾਲ ਉਹਨਾਂ ਦੀ ਆਈ ਹੈਗੀ ਆ ਸੋ ਇਸ ਤੋਂ ਬਾਅਦ ਤੇਜਵੰਤ ਸਿੰਘ ਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਕਹੀ ਅੱਗੇ ਉਹਨਾਂ ਨੇ ਨਾਂ ਮੈਨੂੰ ਪੜ੍ਹ ਨਹੀਂ ਹੋ ਰਿਹਾ ਹੈਗਾ ਉਹਨਾਂ ਦਾ ਕੀ ਹੈਗਾ ਸੋ ਥੋੜਾ ਲੰਬਾ ਲਿਖਿਆ ਹੋਇਆ ਸੋ ਇਸ ਤੋਂ ਬਾਅਦ ਸਾਡੇ ਵੱਡੇ ਭਾਈ ਜੋਗਿੰਦਰ ਸਿੰਘ ਜੀ ਮੱਲ ਸਾਹਿਬ ਉਹ ਵੀ ਸਤਿ ਸ੍ਰੀ ਅਕਾਲ ਕਹਿ ਰਿਹਾ ਮੈਨੂੰ ਵੀ ਔਰ ਆਪਣੇ ਹਰਮਨ ਪਿਆਰੇ ਸਰੋਤਿਆਂ ਨੂੰ ਵੀ ਔਰ ਮਨਦੀਪ ਖਰਮੀ ਸਾਹਿਬ ਉਹਨਾਂ ਨੂੰ ਲਓ ਫਿਰ ਇੱਕ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਫਿਰ ਇਸ ਤੋਂ ਬਾਅਦ ਕੁਝ ਮੈਂ ਸੋਚਿਆ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕਰਾਂਗੇ ਪਰ ਮਨਦੀਪ ਖਰਮੀ ਸਾਹਿਬ ਉਹਨਾਂ ਨੇ ਥੋੜਾ ਜ਼ਿਆਦਾ ਟਾਈਮ ਲੈ ਲਿਆ ਏਦਾਂ ਮਾੜੀ ਗੱਲ ਹੈ ਐਨੀਵੇ ਇੱਕ ਤੁਹਾਨੂੰ ਕਬੱਡੀ ਦਾ ਗੀਤ ਸੁਣਾਉਂਦੇ ਆ ਤੇ ਉਮੀਦ ਕਰਦਾ ਤੁਸੀਂ ਸਾਰੇ ਸੁਣਨ ਵਾਲੇ ਜਿਹੜੇ ਹੈਗੇ ਪਸੰਦ ਕਰੋਗੇ।